ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ। ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਬਹੁਤ ਬਹੁਤ ਸਵਾਗਤ ਹੈ ਡੱਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਹਰਜੋਤ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ। ਡੱਲਾ ਜੀ, ਆਪਾਂ ਹੁਣ ਜਿਵੇਂ ਵੱਖ ਵੱਖ ਪਾਰਟੀਆਂ ਦਾ ਚੋਣ ਪ੍ਰਚਾਰ ਹੋ ਰਿਹਾ ਉਸਦੀ ਗੱਲ ਕਰੀਏ, ਤਾਂ ਸਭ ਤੋਂ ਪਹਿਲਾਂ ਜਦੋਂ ਆਮ ਆਦਮੀ ਪਾਰਟੀ ਦਾ ਜ਼ਿਕਰ ਹੁੰਦਾ ਹੈ ਤਾਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਦੇ ਉੱਪਰ ਭਗਵੰਤ ਮਾਨ ਦੇ ਚਿਹਰੇ ਦੇ ਉੱਪਰ ਜੋ ਹੈ ਲੜਾਈ ਲੜ ਰਹੀ ਹੈ। ਔਰ ਇੱਥੇ ਅਗਰ ਆਪਾਂ ਭਗਵੰਤ ਮਾਨ ਦੀ ਵੀ ਗੱਲ ਕਰੀਏ ਤਾਂ ਚੋਣ ਪ੍ਰਚਾਰ ਦੀ ਕਮਾਨ ਪੂਰੀ ਤਰ੍ਹਾਂ ਨਾਲ ਉਹਨਾਂ ਨੇ ਆਪਣੇ ਹੱਥ ਵਿੱਚ ਸਾਂਭ ਰੱਖੀ ਹੈ। ਬੜੇ ਜ਼ੋਰਾਂ ਸ਼ੋਰਾਂ ਦੇ ਨਾਲ ਉਹ ਚੋਣ ਪ੍ਰਚਾਰ ਕਰ ਰਹੇ ਨੇ। ਕੱਲ੍ਹ ਦੀ ਜੇਕਰ ਗੱਲ ਕਰ ਲਈਏ, ਬੀਤੇ ਦਿਨੋਂ ਖਰੜ ਵਿਖੇ ਰੋਡ ਸ਼ੋਅ ਦੌਰਾਨ ਉਹਨਾਂ ਨੇ ਅਰੂਸਾ ਆਲਮ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਜੰਮ ਕੇ ਭੜਾਸ ਕੱਢੀ ਹੈ। ਉਸਦਾ ਵੀ ਜ਼ਰੂਰ ਖੁੱਲ੍ਹ ਕੇ ਪੂਰੀ ਜਾਣਕਾਰੀ ਸਾਂਝੀ ਕਰਨਾ। ਅਤੇ ਜੇ ਅਸੀਂ ਅੱਜ ਦੀ ਗੱਲ ਕਰੀਏ ਤਾਂ ਸੁਣਿਆ ਗਿਆ ਚਰਚਾਵਾਂ ਨੇ ਕਿ ਅੱਜ ਭਗਵੰਤ ਮਾਨ ਅਤੇ ਸੁਖਪਾਲ ਖਹਿਰਾ ਵੀ ਆਹਮੋ ਸਾਹਮਣੇ ਹੋ ਸਕਦੇ ਨੇ। ਕਰਿਓ ਪੂਰੀ ਜਾਣਕਾਰੀ ਸਾਂਝੀ। ਦੇਖੋ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਆਮ ਆਦਮੀ ਪਾਰਟੀ ਭਗਵੰਤ ਮਾਨ ਦੇ ਨਾਮ 'ਤੇ ਹੀ ਪੰਜਾਬ 'ਚ 13 ਦੀਆਂ 13 ਸੀਟਾਂ 'ਤੇ ਲੜਾਈ ਲੜ ਰਹੀ ਹੈ। ਅਰਵਿੰਦ ਕੇਜਰੀਵਾਲ ਇਸ ਵਕਤ ਜੇਲ੍ਹ ਦੇ ਵਿੱਚ ਨੇ। ਕੱਲ੍ਹ 7 ਤਰੀਕ ਨੂੰ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ 'ਤੇ ਫੈਸਲਾ ਵੀ ਹੋ ਸਕਦਾ ਔਰ ਬਹੁਤ ਸੰਭਾਵਨਾ ਹੈ ਕਿ ਉਹਨਾਂ ਨੂੰ ਇੰਟਰਿਮ ਬੇਲ ਮਿਲੇ ਤਾਂ ਕਿ ਉਹ ਚੋਣਾਂ ਦੀ ਪ੍ਰਕਿਰਿਆ ਦੇ ਵਿੱਚ ਹਿੱਸਾ ਲੈ ਸਕਣ। ਪਰ ਭਗਵੰਤ ਮਾਨ ਪੰਜਾਬ ਦੇ ਵਿੱਚ ਚੋਣਾਂ ਦੀ ਕਮਾਂਡ ਪੂਰੀ ਤਰ੍ਹਾਂ ਨਾਲ ਆਪਣੇ ਹੱਥ ਵਿੱਚ ਲੈ ਚੁੱਕੇ ਨੇ। ਸੁਨੀਤਾ ਕੇਜਰੀਵਾਲ ਨੇ ਵੀ 9 ਅਤੇ 10 ਮਈ ਨੂੰ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਦੇ ਲਈ ਆਉਣਾ। ਪਰ ਜਿਹੜਾ ਹੁਣ ਤੁਹਾਡਾ ਸਵਾਲ ਹੈ ਉਹ ਬੜਾ ਅਹਿਮ ਹੈ। ਲਗਾਤਾਰ ਭਗਵੰਤ ਮਾਨ ਵਿਰੋਧੀ ਧਿਰਾਂ 'ਤੇ ਨਿਸ਼ਾਨੇ ਵਿੰਨ ਰਹੇ ਨੇ ਔਰ ਇੱਕੋ ਇੱਕ ਉਮੀਦਵਾਰ ਹੈ ਇਸ ਵਾਰ ਮੈਂ ਕਹੂੰਗਾ ਜਾਂ ਮੁੱਖ ਮੰਤਰੀ ਹੈ ਪੰਜਾਬ ਦਾ, ਜਿਹੜਾ ਆਪਣੇ 2 ਸਾਲ ਦੇ ਕੰਮਾਂ 'ਤੇ ਵੋਟ ਮੰਗ ਰਿਹਾ। ਉਹ ਵਾਰ ਵਾਰ ਬੀਜੇਪੀ ਦੇ ਉੱਤੇ ਵੀ ਇਲਜ਼ਾਮ ਲਾਉਂਦੇ ਨੇ ਭਗਵੰਤ ਮਾਨ ਕਿ ਭਾਰਤੀ ਜਨਤਾ ਪਾਰਟੀ ਵੀ 10 ਸਾਲਾਂ ਦੇ ਕੰਮਾਂ 'ਤੇ ਵੋਟ ਨਹੀਂ ਮੰਗ ਰਹੀ। ਭਾਵੇਂ ਉਹ ਮੰਗਲ ਸੂਤਰ ਦਾ ਜ਼ਿਕਰ ਕਰਦੇ ਨੇ ਜਾਂ ਕਾਂਗਰਸ ਦੇ ਇਲੈਕਸ਼ਨ ਮੈਨੀਫੈਸਟੋ ਨੂੰ ਮੁਸਲਿਮ ਲੀਗ ਦਾ ਮੈਨੀਫੈਸਟੋ ਕਹਿੰਦੇ ਨੇ, ਪਰ ਭਗਵੰਤ ਮਾਨ ਲਗਾਤਾਰ 2 ਸਾਲ ਦੇ ਕੰਮਾਂ 'ਤੇ ਵੋਟ ਮੰਗਦੇ ਨੇ ਔਰ ਜਦੋਂ 2 ਸਾਲ ਦੇ ਕੰਮਾਂ 'ਤੇ ਵੋਟ ਮੰਗਦੇ ਨੇ ਤਾਂ ਉਹ ਤੁਲਨਾ ਵੀ ਕਰਦੇ ਨੇ ਪਿਛਲੀ ਕਾਂਗਰਸ ਸਰਕਾਰ ਦੇ ਕੰਮਾਂ ਦੇ ਨਾਲ। ਔਰ ਇਸੇ ਕੜੀ 'ਚ ਕੱਲ੍ਹ ਖਰੜ ਦੇ ਵਿੱਚ ਉਹਨਾਂ ਦਾ ਰੋਡ ਸ਼ੋਅ ਸੀ। ਲਗਾਤਾਰ ਭਗਵੰਤ ਮਾਨ ਦੇ ਰੋਡ ਸ਼ੋਅ ਨੇ ਜਿਹੜੇ ਉਹ ਲੋਕਾਂ ਨਾਲ ਖਚਾ ਖਚ ਭਰੇ ਹੋਏ ਰੋਡ ਸ਼ੋਅ ਦੇ ਰੂਪ ਦੇ ਵਿੱਚ ਸਾਨੂੰ ਵਿਖ ਰਹੇ ਨੇ ਔਰ ਕੱਲ੍ਹ ਵੀ ਉਹਨਾਂ ਨੇ ਜ਼ਿਕਰ ਛੇੜ ਲਿਆ ਬੀਬੀ ਅਰੂਸਾ ਆਲਮ ਦਾ ਅਤੇ ਕੈਪਟਨ ਅਮਰਿੰਦਰ ਸਿੰਘ ਦਾ। ਉਹਨਾਂ ਨੇ ਚੀਕੂ ਸੀਤਾਫਲ ਦਾ ਜ਼ਿਕਰ ਵੀ ਕੀਤਾ ਔਰ ਇਹ ਵੀ ਕਿਹਾ ਭਗਵੰਤ ਮਾਨ ਨੇ ਕਿ ਜਿਹੜੀ ਕੋਠੀ 'ਚ ਅਰੂਸਾ ਆਲਮ ਰਹਿੰਦੀ ਸੀ, ਕੈਪਟਨ ਅਮਰਿੰਦਰ ਦੇ ਬਿਲਕੁਲ ਨਾਲ ਦੀ ਕੋਠੀ ਸੀ, ਉਸ ਕੋਠੀ ਦੇ ਵਿੱਚ ਉਹ ਕਹਿੰਦੇ ਮੈਂ ਸੁਖਮਣੀ ਸਾਹਿਬ ਦਾ ਪਾਠ ਕਰਾਇਆ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਕੈਪਟਨ ਅਮਰਿੰਦਰ ਦੇ ਰਾਜ ਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਨੇ ਉਹ ਗਲਤ ਫੈਸਲੇ ਉੱਥੇ ਹੋਏ ਨੇ। ਇੱਥੋਂ ਤੱਕ ਕਹਿੰਦੇ ਨੇ ਕਹਿੰਦੇ ਮੈਂ ਤਾਂ ਸੋਫਾ ਵੀ ਸਾਫ਼ ਕਰਾਇਆ, ਉਸ 'ਤੇ ਬਹਿ ਕੇ ਵੀ ਗਲਤ ਫੈਸਲੇ ਲਏ ਗਏ। ਇੱਕ ਤਰੀਕੇ ਨਾਲ ਖੁੱਲ੍ਹ ਕੇ ਸਿਆਸੀ ਟੀਚਰ ਕੈਪਟਨ ਅਮਰਿੰਦਰ ਸਿੰਘ ਔਰ ਉਹਨਾਂ ਦੇ ਕਾਰਜਕਾਲ 'ਤੇ ਕੀਤੀ। ਬੀਬੀ ਅਰੂਸਾ ਆਲਮ ਦਾ ਜ਼ਿਕਰ ਵੀ ਉਹਨਾਂ ਨੇ ਕੀਤਾ ਜਿਨ੍ਹਾਂ ਦਾ ਸੰਬੰਧ ਪਾਕਿਸਤਾਨ ਦੇ ਨਾਲ ਸੀ। ਔਰ ਹੁਣ ਬੀਜੇਪੀ ਦੇ ਲੋਕ, ਕਿਉਂਕਿ ਕੈਪਟਨ ਅਮਰਿੰਦਰ ਬੀਜੇਪੀ ਦੇ ਵਿੱਚ ਜਾ ਚੁੱਕੇ ਨੇ, ਹੁਣ ਬੀਜੇਪੀ ਦੇ ਲੋਕ ਕਿਸੇ ਤਰ੍ਹਾਂ ਦਾ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸਵਾਲ ਜਵਾਬ ਨਹੀਂ ਕਰਦੇ। ਇੱਕ ਲਗਾਤਾਰ ਭਗਵੰਤ ਮਾਨ ਵੀ ਇਹਨਾਂ ਗੱਲਾਂ ਦਾ ਜ਼ਿਕਰ ਕਰਦੇ ਨੇ ਕਿ ਜਿਹੜਾ ਫੰਡ ਹੈ, ਜਿਹੜਾ ਰੂਰਲ ਡਿਵੈਲਪਮੈਂਟ ਫੰਡ ਹੈ, ਉਹਦੀ ਦੁਰਵਰਤੋਂ ਹੈ ਜਿਹੜੀ ਉਹ ਕੈਪਟਨ ਅਮਰਿੰਦਰ ਦੇ ਰਾਜ 'ਚ ਸ਼ੁਰੂ ਹੋਈ, ਲੇਕਿਨ ਪੈਸਾ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦਾ ਰੋਕ ਲਿਆ, ਜਦਕਿ ਕਾਰਵਾਈ ਕੈਪਟਨ ਅਮਰਿੰਦਰ ਸਿੰਘ 'ਤੇ ਕੀਤੀ ਜਾਣੀ ਬਣਦੀ ਸੀ, ਜਿਹਦਾ ਜ਼ਿਕਰ ਹੁਣ ਬੀਜੇਪੀ ਦੇ ਲੀਡਰ ਨਹੀਂ ਕਰਦੇ। ਔਰ ਭਗਵੰਤ ਮਾਨ ਨੇ ਇਹ ਗੱਲਾਂ ਨੂੰ ਮੁੱਦਾ ਬਣਾਇਆ
ਕਿ ਬੀਜੇਪੀ ਨੇ ਜਿਸ ਤਰ੍ਹਾਂ ਨਾਲ ਪੰਜਾਬ ਦਾ ਰੂਰਲ ਡਿਵੈਲਪਮੈਂਟ ਦਾ ਫੰਡ ਰੋਕਿਆ, ਭਾਵੇਂ ਸਿਹਤ ਮਿਸ਼ਨ ਦਾ ਪੈਸਾ ਰੋਕਿਆ ਜਾਂ ਪੰਜਾਬ ਦੇ ਵੱਖ ਵੱਖ ਫੰਡ ਨੇ ਜਿਹੜੇ ਰੋਕੇ ਨੇ, ਉਹਦੇ ਵਿਰੋਧ ਦੇ ਵਿੱਚ ਵੀ ਉਹ ਲਗਾਤਾਰ ਲੋਕਾਂ ਦੇ ਵਿੱਚ ਆਪਣੀ ਗੱਲ ਲੈ ਕੇ ਜਾ ਰਹੇ ਨੇ ਔਰ ਪ੍ਰਚਾਰ ਪੂਰੀ ਤਰ੍ਹਾਂ ਨਾਲ ਭਗਵੰਤ ਮਾਨ ਦੇ ਹੱਥ 'ਚ ਹੈ। ਅੱਜ ਸੁਖਪਾਲ ਖਹਿਰਾ ਦੇ ਸਾਹਮਣੇ ਵੀ ਭਗਵੰਤ ਮਾਨ ਜਾਣਗੇ। ਅਸਲ 'ਚ ਭਗਵੰਤ ਮਾਨ ਆਪਣੇ ਜਿਹੜੀ ਉਹਨਾਂ ਦੀ ਪੋਲੀਟੀਕਲ ਰਾਜਧਾਨੀ ਹੈ ਸੰਗਰੂਰ, ਉੱਥੇ ਜਾ ਰਹੇ ਨੇ। ਸੰਗਰੂਰ ਦੇ ਵਿੱਚ ਭਗਵੰਤ ਮਾਨ ਅੱਜ ਇੱਕ ਵਾਰ ਮੁੜ ਤੋਂ ਰੋਡ ਸ਼ੋਅ ਕੱਢਣਗੇ। ਇਸ ਤੋਂ ਪਹਿਲਾਂ ਵੀ ਮੀਤ ਹੇਅਰ ਦੇ ਹੱਕ 'ਚ ਉਹਨਾਂ ਨੇ ਕਈ ਵਾਰੀ ਰੋਡ ਸ਼ੋਅ ਕੱਢਿਆ ਔਰ ਪੂਰੇ ਪੰਜਾਬ 'ਚ ਲਗਭਗ ਤੀਜਾ ਗੇੜਾ ਉਹਨਾਂ ਦਾ ਬਹੁਤ ਸਾਰੇ ਜਿਹੜੇ 13 ਦੇ 13 ਹਲਕਿਆਂ ਦੇ ਵਿੱਚ ਬਹੁਤ ਸਾਰੇ ਥਾਂ ਨੇ ਜਾਂ ਹਲਕੇ ਨੇ ਜਿੱਥੇ ਉਹਨਾਂ ਨੇ ਆਪਣੇ ਰੋਡ ਸ਼ੋਅ ਕੱਢੇ ਨੇ। ਸੋ ਹੁਣ ਉਹਨਾਂ ਨੇ ਆਪਣਾ ਰੋਡ ਸ਼ੋਅ ਹੈ ਜਿਹੜਾ ਉਹ ਸੰਗਰੂਰ ਦੇ ਵਿੱਚ ਅੱਜ ਕੱਢਣਾ। ਇਹਦੇ ਨਾਲ ਨਾਲ ਅੱਜ ਬਠਿੰਡਾ ਜਾਣਗੇ। ਅੱਜ ਬਠਿੰਡਾ ਔਰ ਸੰਗਰੂਰ ਇਹਨਾਂ ਦੋਵਾਂ ਥਾਵਾਂ 'ਤੇ ਭਗਵੰਤ ਮਾਨ ਦਾ ਜਿਹੜਾ ਰੋਡ ਸ਼ੋਅ ਹੋਏਗਾ ਔਰ ਇੱਕ ਵਾਰ ਫਿਰ ਭਗਵੰਤ ਮਾਨ ਆਪਣੇ ਕੰਮਾਂ ਨੂੰ ਲੈ ਕੇ ਅੱਗੇ ਵੱਧ ਰਹੇ ਨੇ ਔਰ ਲਗਾਤਾਰ ਜਿਹੜੇ ਉਹਨਾਂ ਦੇ ਮੁੱਖ ਕੰਮ ਨੇ ਜਿਹਨਾਂ ਦਾ ਉਹ ਜ਼ਿਕਰ ਕਰਦੇ ਨੇ, ਜ਼ੀਰੋ ਬਿੱਲ, ਬਿਜਲੀ ਦਾ ਜ਼ੀਰੋ ਬਿੱਲ, ਇਹਦਾ ਜ਼ਿਕਰ ਕਰਦੇ ਨੇ ਔਰ ਮਹਿਲਾਵਾਂ ਦੇ ਖਾਤੇ ਦੇ ਵਿੱਚ 1,000 ਰੁਪਏ ਦਾ ਜ਼ਿਕਰ ਵੀ ਭਗਵੰਤ ਮਾਨ ਨੇ ਸ਼ੁਰੂ ਕੀਤਾ ਕਿ ਜਿਵੇਂ ਜਿਵੇਂ ਜਿਹੜਾ ਪਾਣੀ ਹੈ ਬਿਜਲੀ ਸੈਕਟਰ ਦੇ ਵਿੱਚ ਖੇਤੀਬਾੜੀ ਦੀ ਸਿੰਚਾਈ ਲਈ ਜਿਹੜਾ ਪਾਣੀ ਹੈ, ਜਿਵੇਂ ਜਿਵੇਂ ਨਹਿਰਾਂ ਦਾ ਪਾਣੀ ਖੇਤਾਂ ਤੱਕ ਪੁੱਜਦਾ ਜਾਊਗਾ, ਜਿਵੇਂ ਜਿਵੇਂ ਹੋਰ ਡਰੇਨਾਂ ਸਾਫ਼ ਹੋਣਗੀਆਂ, ਜਿਹੜੇ ਚੋਅ ਨੇ ਉਹ ਸਾਫ਼ ਹੋਣਗੇ, ਬਰਸਾਤੀ ਨਦੀਆਂ ਨਾਲੇ ਸਾਫ਼ ਹੋਣਗੇ ਅਤੇ ਬਿਜਲੀ ਦੀ ਖਪਤ ਹੋਰ ਘਟੂਗੀ। ਇੱਥੋਂ ਤੱਕ ਭਗਵੰਤ ਮਾਨ ਕਹਿੰਦੇ ਨੇ ਕਿ ਅਗਲੇ 2 ਕੁ ਸਾਲਾਂ ਦੇ ਵਿੱਚ ਵਿੱਚ, 1.5-2 ਸਾਲਾਂ ਦੇ ਵਿੱਚ ਵਿੱਚ ਇਹ ਟੀਚਾ ਸਰ ਹੋ ਸਕਦਾ। ਹਾਲਾਂਕਿ ਇਸ ਤੋਂ ਪਹਿਲਾਂ ਵੀ ਇਹ ਟੀਚਾ ਸਰ ਹੋ ਸਕਦਾ ਜਿਸ ਤਰ੍ਹਾਂ ਨਾਲ ਭਗਵੰਤ ਮਾਨ ਆਪਣੇ ਭਾਸ਼ਣਾਂ ਦੇ ਵਿੱਚ ਗੱਲ ਕਰਦੇ ਨੇ ਔਰ ਜਿੱਦਾਂ ਹੀ ਇਹ ਟੀਚਾ ਸਰ ਹੁੰਦਾ ਅਤੇ ਲਗਭਗ 5,000-6,000 ਕਰੋੜ ਦੀ ਬਜਟ ਪੰਜਾਬ ਨੂੰ ਹੋਣੀ ਹੈ ਔਰ ਉਸੇ ਪੈਸੇ ਨੂੰ ਭਗਵੰਤ ਮਾਨ 1,000 ਰੁਪਏ ਮਹਿਲਾਵਾਂ ਦੇ ਖਾਤੇ 'ਚ ਦੇਣ ਦਾ ਐਲਾਨ ਹੁਣ ਆਪਣੇ ਰੋਡ ਸ਼ੋਅ ਦੇ ਦੌਰਾਨ ਕਰਦੇ ਨੇ। ਇਹਦਾ ਮਤਲਬ ਹੈ ਕਿ ਜਿਹੜਾ ਸਵਾਲ ਸੀ ਵਿਰੋਧੀਆਂ ਦਾ ਕਿ 1,000 ਰੁਪਏ ਮਹਿਲਾਵਾਂ ਦੇ ਖਾਤੇ 'ਚ ਨਹੀਂ ਪਾਇਆ, ਭਗਵੰਤ ਮਾਨ ਹਰ ਰੋਡ ਸ਼ੋਅ ਦੇ ਵਿੱਚ ਹੁਣ ਇਹ ਗੱਲ ਸਾਫ਼ ਕਰ ਰਹੇ ਨੇ ਕਿ ਕਿਉਂ ਨਹੀਂ ਹਜੇ ਤੱਕ 1,000 ਰੁਪਇਆ ਖਾਤਿਆਂ 'ਚ ਪਾਇਆ, ਕਿਉਂਕਿ ਉਹ ਬਿਜਲੀ ਯੋਜਨਾ ਦੀ ਤਰ੍ਹਾਂ, ਜ਼ੀਰੋ ਬਿੱਲਾਂ ਦੀ ਤਰ੍ਹਾਂ ਉਹ ਪੱਕੀ ਯੋਜਨਾ ਸ਼ੁਰੂ ਕਰਨਗੇ ਔਰ ਜਲਦ ਮਹਿਲਾਵਾਂ ਦੇ ਖਾਤੇ 'ਚ 1,000 ਰੁਪਏ ਦੀ ਖ਼ਬਰ ਹੈ ਜਿਹੜੀ ਉਹ ਸਾਰਥਕ ਹੁੰਦੀ ਵੀ ਨਜ਼ਰ ਆਊਗੀ। ਸੋ ਜ਼ੀਰੋ ਬਿੱਲ ਦੀ ਗੱਲ ਲਗਾਤਾਰ ਕਰਦੇ ਨੇ, ਮਹੱਲਾ ਕਲੀਨਿਕਾਂ ਦੀ ਗੱਲ ਕਰਦੇ ਨੇ, 16 ਦੇ ਕਰੀਬ ਜਿਹੜੇ ਟੋਲ ਬੈਰੀਅਰ ਪੰਜਾਬ 'ਚ ਖਤਮ ਕੀਤੇ ਗਏ ਨੇ, 58,77,000 ਰੁਪਏ ਰੋਜ਼ਾਨਾ ਲੋਕਾਂ ਦੇ ਬਚਦੇ ਨੇ, 225 ਕਰੋੜ, 214 ਕਰੋੜ ਸਾਲਾਨਾ ਬਚਤ ਪੰਜਾਬ ਦੇ ਲੋਕਾਂ ਦੀ ਇਹਦੇ ਨਾਲ ਹੋਏਗੀ ਔਰ 43,000 ਸਰਕਾਰੀ ਨੌਕਰੀਆਂ ਔਰ ਦਿਨ ਦੇ ਵਕਤ ਖੇਤਾਂ 'ਚ ਬਿਜਲੀ। ਇਹ ਸਾਰੇ ਮੁੱਦਿਆਂ 'ਤੇ ਭਗਵੰਤ ਮਾਨ ਅੱਗੇ ਵੱਧ ਰਹੇ ਨੇ। ਇਸੇ ਕਰਕੇ ਮੇਰਾ ਇਹ ਮੰਨਣਾ ਕਿ ਇਸ ਵਾਰ ਭਾਵੇਂ ਪੰਜਾਬ ਦੇ ਵਿੱਚ 4 ਕੋਣੀ ਮੁਕਾਬਲਾ ਨਜ਼ਰ ਆਉਂਦਾ ਪਰ ਕੋਈ ਵੀ ਧਿਰ ਜਿਹੜੀ ਮੁਕਾਬਲੇ 'ਚ ਹੈ ਉਹਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਨਾਲ ਹੀ ਹੈ। ਉਹ ਸੀਟਾਂ ਜਿੱਥੇ ਇਹ ਮੰਨਿਆ ਜਾਂਦਾ ਕਿ ਬੀਜੇਪੀ ਤਕੜੀ ਹੈ, ਭਾਵੇਂ ਗੁਰਦਾਸਪੁਰ ਹੈ, ਭਾਵੇਂ ਹੁਸ਼ਿਆਰਪੁਰ ਹੈ ਅਤੇ ਭਾਵੇਂ ਅੰਮ੍ਰਿਤਸਰ ਹੈ ਜਿੱਥੇ ਬੀਜੇਪੀ ਨੇ ਕਈ ਵਾਰੀ ਜਿੱਤਿਆ, ਬੀਜੇਪੀ ਦਾ ਮੁਕਾਬਲਾ ਵੀ ਉੱਥੇ ਆਮ ਆਦਮੀ ਪਾਰਟੀ ਦੇ ਨਾਲ ਹੈ ਜਿਹੜੀ ਸੱਤਾਧਾਰੀ ਧਿਰ ਹੈ। ਸੋ ਇਹ ਬੜੇ ਇਸ ਵਾਰ ਦੇ ਜਿਹੜੇ 4-5 ਪਾਰਟੀਆਂ ਦੇ ਜਿਹੜੇ ਸਖ਼ਤ ਮੁਕਾਬਲੇ ਨੇ ਉਹਨਾਂ ਦੇ ਵਿੱਚ ਇਹ ਨਵੀਂ ਗੱਲ ਉੱਭਰ ਕੇ ਆਈ ਹੈ। ਹਾਲਾਂਕਿ ਜਦੋਂ 2019 ਦੀਆਂ ਕੈਪਟਨ ਅਮਰਿੰਦਰ ਸਿੰਘ 70 ਸੀਟਾਂ ਜਿੱਤਿਆ ਸੀ ਵਿਧਾਨ ਸਭਾ ਦੀਆਂ ਔਰ ਉਸ ਤੋਂ ਬਾਅਦ ਜਦੋਂ ਲੋਕ ਸਭਾ ਦੀਆਂ ਚੋਣਾਂ ਹੋਈਆਂ 2017 'ਚ ਜਿੱਤਣ ਤੋਂ ਬਾਅਦ, 2019 'ਚ ਜਦੋਂ ਲੋਕ ਸਭਾ ਚੋਣਾਂ ਹੋਈਆਂ ਜਦੋਂ ਲਗਭਗ 40% ਦੇ ਕਰੀਬ ਕੈਪਟਨ ਅਮਰਿੰਦਰ ਸਿੰਘ ਨੇ ਵੋਟ ਸ਼ੇਅਰ ਹਾਸਲ ਕੀਤਾ, ਕੈਪਟਨ ਅਮਰਿੰਦਰ ਉਦੋਂ 8 ਸੀਟਾਂ ਜਿੱਤਿਆ ਸੀ
ਉਦੋਂ ਆਮ ਆਦਮੀ ਪਾਰਟੀ ਦੀ ਸਥਿਤੀ ਓਨੀ ਤਕੜੀ ਤਾਂ ਨਹੀਂ ਸੀ, ਪਰ ਸੰਗਰੂਰ ਤੋਂ ਭਗਵੰਤ ਮਾਨ ਜ਼ਰੂਰ ਆਪਣੀ ਸੀਟ ਬਚਾਉਣ 'ਚ ਕਾਮਯਾਬ ਹੋਏ ਸੀ। ਹੁਣ ਇਸ ਵਾਰ ਅੱਜ ਸੰਗਰੂਰ 'ਚ ਇੱਕ ਵਾਰ ਫਿਰ ਸੁਖਪਾਲ ਖਹਿਰਾ ਦੇ ਸਾਹਮਣੇ ਭਗਵੰਤ ਮਾਨ ਆਪਣੇ ਗੜ੍ਹ 'ਚ ਜਾ ਕੇ ਰੋਡ ਸ਼ੋਅ ਕਰਨਗੇ ਅਤੇ ਫਿਰ ਬਠਿੰਡੇ 'ਚ ਅੱਜ ਆਪਣਾ ਪ੍ਰਚਾਰ ਅੱਗੇ ਵਧਾਉਣਗੇ। ਡੱਲਾ ਜੀ, ਆਪਾਂ ਜਦ ਕਾਂਗਰਸ ਪਾਰਟੀ ਦੀ ਗੱਲ ਕਰਦੇ ਹਾਂ ਤਾਂ ਹੁਣ ਦੀ ਸਥਿਤੀ ਇਸ ਤਰ੍ਹਾਂ ਬਣਦੀ ਲੱਗ ਰਹੀ ਹੈ ਕਿ ਜਿਵੇਂ ਕਾਂਗਰਸ ਦੇ ਲਈ ਪੰਜਾਬ ਦੇ ਵਿੱਚ ਸਿਰਫ ਅਤੇ ਸਿਰਫ ਰਵਨੀਤ ਬਿੱਟੂ ਨੂੰ ਹਰਾਉਣਾ ਹੀ ਮੁੱਖ ਮਕਸਦ ਬਣ ਗਿਆ ਹੈ, ਇਹੀ ਵੱਡਾ ਟੀਚਾ ਇਸ ਵੇਲੇ ਕਾਂਗਰਸ ਪਾਰਟੀ ਦਾ ਜ਼ਰੂਰ ਨਜ਼ਰ ਆ ਰਿਹਾ ਹੈ। ਕੱਲ੍ਹ ਪ੍ਰਤਾਪ ਬਾਜਵਾ ਨੇ ਮੁੜ ਤੋਂ ਰਵਨੀਤ ਬਿੱਟੂ 'ਤੇ ਜੰਮ ਕੇ ਜੋ ਹੈ ਭੜਾਸ ਕੱਢੀ ਹੈ, ਕਈ ਤਰ੍ਹਾਂ ਦੇ ਸਿਆਸੀ ਨਿਸ਼ਾਨੇ ਉਹਨਾਂ ਦੇ ਉੱਪਰ ਸਾਧੇ ਨੇ ਅਤੇ ਉਹਨਾਂ ਆਪਣਾ ਡੇਰਾ ਵੀ ਲਗਭਗ ਪੂਰੀ ਤਰ੍ਹਾਂ ਨਾਲ ਹੁਣ ਲੁਧਿਆਣਾ ਦੇ ਵਿੱਚ ਹੀ ਲਗਾ ਲਿਆ। ਅਤੇ ਉੱਧਰ ਜੇ ਆਪਾਂ ਗੱਲ ਕਰੀਏ ਰਾਜਾ ਵੜਿੰਗ ਨੂੰ ਲੈ ਕੇ, ਲਗਾਤਾਰ ਬਾਹਰੀ ਉਮੀਦਵਾਰ ਦਾ ਠੱਪਾ ਵੀ ਉਹਨਾਂ ਦੇ ਉੱਪਰ ਲਗਾਇਆ ਜਾ ਰਿਹਾ। ਹੁਣ ਤੁਸੀਂ ਅਗਰ ਆਪਾਂ ਲੁਧਿਆਣਾ ਸੀਟ ਦੀ ਗੱਲ ਕਰੀਏ ਤਾਂ ਕਾਫੀ ਹੌਟ ਸੀਟ ਬਣੀ ਹੋਈ ਹੈ, ਮੁਕਾਬਲਾ ਦੇਖਣ ਯੋਗ ਜ਼ਰੂਰ ਬਣਿਆ ਹੋਇਆ। ਇਸ ਚੋਣ ਅਖਾੜੇ ਦੇ ਵਿੱਚ ਤੁਸੀਂ ਲੁਧਿਆਣਾ ਨੂੰ ਕਿਵੇਂ ਦੇਖਦੇ ਹੋ? ਦੇਖੋ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਜਿਸ ਤਰ੍ਹਾਂ ਨਾਲ ਪੰਜਾਬ ਦੇ ਵਿੱਚ ਕਾਂਗਰਸ ਦੇ ਲੀਡਰਾਂ ਦਾ ਪੋਲੀਟੀਕਲ ਆਚਰਣ ਹੈ, ਇਹ ਸਾਫ਼ ਨਜ਼ਰ ਆ ਰਿਹਾ ਕਿ ਕਾਂਗਰਸ ਦੇ ਲੀਡਰਾਂ ਦੇ ਲਈ ਸਭ ਤੋਂ ਵੱਡੀ ਚੁਣੌਤੀ ਰਵਨੀਤ ਬਿੱਟੂ ਬਣ ਗਏ ਨੇ। ਕਾਂਗਰਸ ਪਾਰਟੀ ਨੇ ਵੀ ਪੰਜਾਬ ਦੇ ਵਿੱਚ ਆਪਣਾ ਪੂਰਾ ਜ਼ੋਰ ਲੁਧਿਆਣਾ ਦੀ ਸੀਟ 'ਤੇ ਕੇਂਦਰਿਤ ਕਰ ਰੱਖਿਆ। ਪ੍ਰਤਾਪ ਬਾਜਵਾ ਕੱਲ੍ਹ ਰਾਤ ਹੀ ਲੁਧਿਆਣਾ ਆ ਗਏ ਸੀ ਔਰ ਉਹਨਾਂ ਨੇ ਰਾਜਾ ਵੜਿੰਗ ਦੇ ਹੱਕ ਦੇ ਵਿੱਚ ਚੋਣ ਮੀਟਿੰਗਾਂ ਨੇ ਜਿਹੜੀਆਂ ਉਹਨਾਂ ਨੂੰ ਵੀ ਸੰਬੋਧਨ ਕੀਤਾ। ਔਰ ਰਵਨੀਤ ਬਿੱਟੂ ਦੇ ਬਾਰੇ ਲਗਾਤਾਰ ਰਾਜਾ ਵੜਿੰਗ ਗਦਾਰ ਸ਼ਬਦ ਵਰਤ ਰਹੇ ਨੇ, ਪ੍ਰਤਾਪ ਬਾਜਵਾ ਵੀ ਰਵਨੀਤ ਬਿੱਟੂ ਨੂੰ ਗਦਾਰ ਕਹਿ ਰਹੇ ਨੇ, ਧੋਖੇਬਾਜ਼ ਕਹਿ ਰਹੇ ਨੇ, ਇਸ ਤਰੀਕੇ ਦੇ ਸ਼ਬਦਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਪੂਰਾ ਜ਼ੋਰ ਰਵਨੀਤ ਬਿੱਟੂ ਦੇ ਉੱਪਰ ਲਾਉਣ ਦਾ ਮਕਸਦ ਇਹ ਵੀ ਮੰਨਿਆ ਜਾ ਰਿਹਾ ਕਿ ਰਾਹੁਲ ਗਾਂਧੀ ਇਸ ਗੱਲ ਤੋਂ ਬਹੁਤ ਜ਼ਿਆਦਾ ਨਾਰਾਜ਼ ਹੋਏ ਜਦੋਂ ਰਵਨੀਤ ਬਿੱਟੂ ਨੇ ਕਾਂਗਰਸ ਪਾਰਟੀ ਛੱਡੀ, ਕਿਉਂਕਿ ਰਾਹੁਲ ਨਹੀਂ ਚਾਹੁੰਦੇ ਕਿ ਰਵਨੀਤ ਬਿੱਟੂ ਪਾਰਲੀਮੈਂਟ 'ਚ ਪਹੁੰਚੇ। ਇਸ ਕਰਕੇ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਨੂੰ ਉਤਾਰਿਆ ਗਿਆ, ਇੱਕ ਤੀਰ ਨਾਲ ਕਈ ਨਿਸ਼ਾਨੇ ਕੀਤੇ ਗਏ, ਕਿਉਂਕਿ ਲੁਧਿਆਣਾ ਦੇ ਵਿੱਚ ਭਾਰਤ ਭੂਸ਼ਣ ਆਸ਼ੂ ਟਿਕਟ ਦੇ ਵੱਡੇ ਦਾਅਵੇਦਾਰ ਸੀ ਪਰ ਕਾਂਗਰਸ ਪਾਰਟੀ ਦੇ ਵਿੱਚ ਉਹਨਾਂ ਦੀ ਟਿਕਟ ਦਾ ਵਿਰੋਧ ਵੀ ਹੋਇਆ, ਜਿਸ ਕਰਕੇ ਕਾਂਗਰਸ ਹਾਈ ਕਮਾਂਡ ਨੇ ਰਾਜਾ ਵੜਿੰਗ ਨੂੰ ਇੱਥੇ ਉਤਾਰਿਆ ਤਾਂ ਕਿ ਜਦੋਂ ਪਾਰਟੀ ਦਾ ਪ੍ਰਧਾਨ ਉਤਰੂਗਾ ਤਾਂ ਕਿਸੇ ਤਰ੍ਹਾਂ ਦਾ ਪਾਰਟੀ 'ਚ ਵਿਰੋਧ ਨਹੀਂ ਹੋਊਗਾ। ਪਰ ਇਹ ਗੱਲ ਹਜੇ ਵੀ ਖੜੀ ਹੈ ਕਿ ਰਾਜਾ ਵੜਿੰਗ 'ਤੇ ਹਜੇ ਵੀ ਵਿਰੋਧੀ ਧਿਰਾਂ, ਖਾਸ ਤੌਰ 'ਤੇ ਰਵਨੀਤ ਬਿੱਟੂ ਜਾਂ ਆਮ ਆਦਮੀ ਪਾਰਟੀ ਦੇ ਪੱਪੀ ਪਰਾਸ਼ਰ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਰਣਜੀਤ ਢਿੱਲੋਂ, ਉਹ ਲਗਾਤਾਰ ਬਾਹਰੀ ਉਮੀਦਵਾਰ ਹੋਣ ਦਾ ਇਲਜ਼ਾਮ ਲਾ ਰਹੇ ਨੇ। ਔਰ ਇਹਦੇ ਵਿੱਚ ਕੋਈ ਹੈਰਾਨੀ ਵਾਲੀ ਗੱਲ ਵੀ ਨਹੀਂ, ਕਿਉਂਕਿ ਗਿੱਦੜਬਾਹਾ ਦੇ ਵਿਧਾਇਕ ਨੇ ਰਾਜਾ ਵੜਿੰਗ ਔਰ ਲੁਧਿਆਣਾ ਦੇ ਲਈ ਉਹ ਬਾਹਰੀ ਉਮੀਦਵਾਰ ਨੇ। ਹੁਣ ਚੋਣਾਂ ਦੇ ਵਿੱਚ ਇਹ ਗੱਲ ਦਾ ਫਰਕ ਬਹੁਤ ਜ਼ਿਆਦਾ ਪੈਂਦਾ ਕਿ ਕਿਹੜਾ ਉਮੀਦਵਾਰ ਸਥਾਨਕ ਹੈ ਅਤੇ ਕਿਹੜਾ ਉਮੀਦਵਾਰ ਬਾਹਰੀ ਹੈ। ਸਨੀ ਦਿਓਲ ਦਾ ਤਜ਼ਰਬਾ ਵੀ ਲੋਕਾਂ ਦੇ ਸਾਹਮਣੇ ਹੈ। ਸਨੀ ਦਿਓਲ ਜਿੱਤਣ ਤੋਂ ਬਾਅਦ ਮੁੰਬਈ ਤੋਂ ਵਾਪਸ ਨਹੀਂ ਮੁੜੇ, ਹਾਲਾਂਕਿ ਰਾਜਾ ਵੜਿੰਗ ਪੰਜਾਬ ਦੇ ਪ੍ਰਧਾਨ ਨੇ ਕਾਂਗਰਸ ਦੇ, ਪਰ ਉਹ ਕਿੰਨੀ ਦੇਰ ਕਾਂਗਰਸ ਦੇ ਪ੍ਰਧਾਨ ਰਹਿਣਗੇ ਇਹ ਵੀ ਗੱਲ ਹਮੇਸ਼ਾ ਸਵਾਲਾਂ 'ਚ ਰਹਿੰਦੀ ਹੈ। ਔਰ ਅਗਰ ਉਹ ਜਿੱਤ ਜਾਂਦੇ ਨੇ ਤਾਂ ਗਿੱਦੜਵਾਹਾ ਤੋਂ ਉਹਨਾਂ ਨੂੰ ਅਸਤੀਫਾ ਦੇਣਾ ਪੈਣਾ ਅਤੇ ਉਹ ਇੱਥੇ ਬਤੌਰ ਮੈਂਬਰ ਪਾਰਲੀਮੈਂਟ ਵਿਚਰਨਗੇ, ਪਰ ਕੀ ਉਹ ਪੱਕੇ ਤੌਰ 'ਤੇ ਇੱਥੇ ਰਹਿਣਗੇ? ਲੋਕਾਂ ਦੇ ਮਨ 'ਚ ਇਹ ਵੀ ਸਵਾਲ ਹੁੰਦੇ ਨੇ। ਉਂਝ ਤਾਂ ਉਹਨਾਂ ਕੋਲ MLA ਦਾ ਫਲੈਟ ਹੈ ਮੋਹਾਲੀ, ਪਰ ਅਗਰ ਉਹ ਛੱਡ ਦਿੰਦੇ ਨੇ ਬਤੌਰ MLA ਆਪਣੀ ਸੀਟ, ਤਾਂ ਫਿਰ ਉਹ ਫਲੈਟ ਵੀ ਉਹਨਾਂ ਨੂੰ ਛੱਡਣਾ ਪਊਗਾ। ਕੀ ਫਿਰ ਉਹ ਗਿੱਦੜਬਾਹੇ ਰਹਿਣਗੇ, ਮੁਕਤਸਰ ਜ਼ਿਲ੍ਹੇ 'ਚ ਰਹਿਣਗੇ ਜਾਂ ਲੁਧਿਆਣੇ ਰਹਿਣਗੇ? ਲੋਕਾਂ ਦੇ ਜ਼ਹਿਨ 'ਚ ਇਸ ਤਰ੍ਹਾਂ ਦੇ ਸਵਾਲ ਅਕਸਰ ਖੜ੍ਹੇ ਹੁੰਦੇ ਨੇ। ਔਰ ਇਸੇ ਕਰਕੇ ਜਿਹੜੇ ਵਿਰੋਧੀ ਨੇ ਉਹ ਕਿਸੇ ਵੀ ਦੂਸਰੇ ਜ਼ਿਲ੍ਹੇ 'ਚੋਂ ਆਏ ਉਮੀਦਵਾਰ ਨੂੰ ਬਾਹਰੀ ਉਮੀਦਵਾਰ ਦੇ ਤੌਰ ਦੇ ਉੱਤੇ ਉਹਨੂੰ ਪ੍ਰਚਾਰਦੇ ਨੇ। ਹੁਣ ਰਾਜਾ ਵੜਿੰਗ ਅੱਗੇ ਦੋ ਵੱਡੀਆਂ ਚੁਣੌਤੀਆਂ ਨੇ।
ਉਹ ਕਿਵੇਂ ਲੋਕਾਂ ਦੇ ਵਿੱਚ ਇਹ ਸੁਨੇਹਾ ਲੈ ਕੇ ਜਾਣਗੇ ਕਿ ਉਹ ਬਾਹਰੀ ਉਮੀਦਵਾਰ ਹੈ। ਦੂਸਰਾ, ਵਿਰੋਧੀ ਲੋਕਾਂ ਦੇ ਵਿੱਚ ਇਹ ਗੱਲ ਪਹੁੰਚਾ ਰਹੇ ਨੇ ਕਿ ਕਾਂਗਰਸ ਦਾ ਮਕਸਦ ਸਿਰਫ ਰਵਨੀਤ ਬਿੱਟੂ ਨੂੰ ਹਰਾਉਣਾ, ਕਿ ਆਮ ਲੋਕ ਕਾਂਗਰਸ ਦੇ ਇਸ ਮਕਸਦ ਦੇ ਵਿੱਚ ਸਾਥ ਦੇਣਗੇ, ਇਹ ਵੀ ਵੱਡਾ ਸਵਾਲ ਹੈ। ਸੋ ਭਾਵੇਂ ਰਾਜਾ ਵੜਿੰਗ ਨੇ, ਭਾਵੇਂ ਪ੍ਰਤਾਪ ਸਿੰਘ ਬਾਜਵਾ ਨੇ, ਉਹਨਾਂ ਦੇ ਲਈ ਇਹ ਸਿਆਸੀ ਇੱਜ਼ਤ ਦਾ ਸਵਾਲ ਵੀ ਬਣ ਗਿਆ, ਕਿਉਂਕਿ ਪ੍ਰਤਾਪ ਬਾਜਵਾ ਨੇ ਇੱਕ ਟੈਲੀਵਿਜ਼ਨ ਇੰਟਰਵਿਊ ਦੇ ਵਿੱਚ ਇਹ ਕਹਿ ਦਿੱਤਾ ਕਿ ਜੇ ਰਵਨੀਤ ਬਿੱਟੂ ਜਿੱਤ ਗਏ ਤਾਂ ਮੈਂ ਸਿਆਸਤ ਛੱਡ ਦੂੰ। ਉਂਝ ਲੀਡਰ ਸਿਆਸਤ ਛੱਡਦੇ ਨਹੀਂ ਹੁੰਦੇ, ਇਹ ਇੰਟਰਵਿਊ ਦੇ ਵਿੱਚ ਕਹਿਣ ਵਾਲੀਆਂ ਗੱਲਾਂ ਹੀ ਹੁੰਦੀਆਂ ਨੇ ਤਾਂ ਕਿ ਵਰਕਰਾਂ ਦੇ ਵਿੱਚ ਜੋਸ਼ ਭਰਿਆ ਜਾ ਸਕੇ। ਕੋਈ ਕਿਸੇ ਦੇ ਜਿੱਤਣ ਹਾਰਨ ਦੇ ਨਾਲ ਸਿਆਸਤ ਨਹੀਂ ਛੱਡਦਾ। ਹਜੇ ਤੱਕ ਇਸ ਤਰ੍ਹਾਂ ਦੀ ਉਦਾਹਰਨ ਕਿਸੇ ਨੇ ਸੈੱਟ ਕੀਤੀ ਨਹੀਂ ਕਿ ਕਿਸੇ ਨੇ ਸਿਆਸਤ ਛੱਡੀ ਹੋਵੇ। ਪਰ ਰਾਜਾ ਵੜਿੰਗ ਨੂੰ ਬਾਹਰੀ ਦਾ ਜਿਹੜਾ ਠੱਪਾ ਉਹ ਉਤਾਰਨ ਲਈ ਬਹੁਤ ਜ਼ਿਆਦਾ ਜ਼ੋਰ ਲਾਉਣਾ ਪਊਗਾ। ਉਂਝ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਲੀਡਰ ਸ਼ਮਸ਼ੇਰ ਸਿੰਘ ਦੂਲੂ, ਉਹਨਾਂ ਨੇ ਇੱਕ ਦੋ ਦਿਨ ਪਹਿਲਾਂ ਕਾਂਗਰਸ ਹਾਈਕਮਾਂਡ ਨੂੰ ਚਿੱਠੀ ਲਿਖੀ ਜਿਹਦੇ ਵਿੱਚ ਉਹਨਾਂ ਨੇ ਇਸ ਗੱਲ ਦਾ ਇਸ਼ਾਰਾ ਕੀਤਾ ਕਿ ਜਿਸ ਤਰ੍ਹਾਂ ਨਾਲ ਬਾਹਰੀ ਉਮੀਦਵਾਰਾਂ ਨੂੰ ਪੰਜਾਬ 'ਚ ਉਤਾਰਿਆ ਗਿਆ, ਲਗਭਗ 7 ਬਾਹਰੀ ਉਮੀਦਵਾਰਾਂ ਦਾ ਉਹਨਾਂ ਨੇ ਜ਼ਿਕਰ ਕੀਤਾ 12 ਸੀਟਾਂ 'ਚੋਂ, ਉਹਦੇ ਵਿੱਚ ਭਾਵੇਂ ਰਾਜਾ ਵੜਿੰਗ ਨੇ, ਭਾਵੇਂ ਵਿਜੇਂਦਰ ਸਿੰਗਲਾ ਨੇ, ਭਾਵੇਂ ਚਰਨਜੀਤ ਚੰਨੀ ਨੂੰ ਬਾਹਰ ਭੇਜਿਆ ਗਿਆ ਚਮਕੌਰ ਸਾਹਿਬ ਤੋਂ, ਉਹਨਾਂ ਨੇ ਇਸ ਤਰੀਕੇ ਦਾ ਜ਼ਿਕਰ ਕੀਤਾ ਕਿ ਅਗਰ ਹਲਕਿਆਂ ਦੇ ਉਮੀਦਵਾਰ ਜਿਹੜੇ ਟਕਸਾਲੀ ਉਮੀਦਵਾਰ ਨੇ ਉਹਨਾਂ ਨੂੰ ਟਿਕਟ ਦਿੱਤੀ ਹੁੰਦੀ ਤਾਂ ਕਾਂਗਰਸ ਜ਼ਿਆਦਾ ਚੰਗੀ ਸਥਿਤੀ 'ਚ ਹੁੰਦੀ। ਉਹਨਾਂ ਨੇ ਜਿਹੜੀ ਚਿੱਠੀ ਲਿਖੀ ਹੈ ਸ਼ਮਸ਼ੇਰ ਸਿੰਘ ਦੂਲੂ ਨੇ, ਉਹ ਪੰਜਾਬੀ ਦੇ ਇੱਕ ਮੰਨੇ ਪ੍ਰਮੰਨੇ ਅਖਬਾਰ ਨੇ ਵੀ ਉਹਦਾ ਪੂਰਾ ਬਿਓਰਾ ਪੇਸ਼ ਕੀਤਾ। ਮੀਡੀਆ ਦੇ ਹਵਾਲੇ ਦੇ ਨਾਲ ਹੀ ਇਹ ਜਿਹੜੀ ਚਿੱਠੀ ਦੀ ਖਬਰ ਹੈ ਇਹ ਬਾਹਰ ਆਈ ਹੈ, ਔਰ ਇਸ ਖਬਰ ਦੇ ਮੁਤਾਬਕ ਹੀ ਇਹ ਸਾਰੀਆਂ ਗੱਲਾਂ ਕੀਤੀਆਂ ਗਈਆਂ ਨੇ ਕਿ 7 ਸੀਟਾਂ ਉਹ ਉਮੀਦਵਾਰਾਂ ਨੂੰ ਦਿੱਤੀਆਂ ਗਈਆਂ ਨੇ ਜਿਹੜੇ ਪੱਕੇ ਤੌਰ 'ਤੇ ਆਪਣੇ ਹਲਕੇ ਦੇ ਨਹੀਂ ਹੈ। ਹਾਲਾਂਕਿ 12 ਦੇ ਵਿੱਚੋਂ 5 ਸੀਟਾਂ ਤਾਂ ਸਿੱਧੇ ਸਿੱਧੇ ਜਿਹੜੇ ਨੇ ਉਹ ਲੋਕ ਨੇ ਜਿਹੜੇ ਸਥਾਪਿਤ ਨੇ, ਜਿਵੇਂ ਗੁਰਜੀਤ ਔਜਲਾ, ਉਹ ਅੰਮ੍ਰਿਤਸਰ ਦੇ ਹੀ ਵਸਨੀਕ ਸੀ। ਸੁਖਜਿੰਦਰ ਰੰਧਾਵਾ ਜਿਹੜੇ ਨੇ ਉਹ ਵੀ ਗੁਰਦਾਸਪੁਰ ਦੇ ਨੇ। ਪਰ ਬਾਹਰੀਆਂ ਤੋਂ ਭਾਵ ਕਿ ਕੁਝ ਲੋਕ ਉਹ ਜਿਹੜੇ ਦੂਸਰੀਆਂ ਪਾਰਟੀਆਂ 'ਚੋਂ ਥੋੜ੍ਹਾ ਸਮਾਂ ਪਹਿਲਾਂ ਆਏ ਅਤੇ ਕੁਝ ਦੇ ਜ਼ਿਲ੍ਹੇ ਬਦਲੇ ਗਏ। ਇਸ ਰੂਪ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਜਿਹੜੇ ਬੀਬੀ ਗੋਮਰ ਨੇ ਉਹ ਪਹਿਲਾਂ ਆਮ ਆਦਮੀ ਪਾਰਟੀ ਸੀ, ਉੱਧਰੋਂ ਆਏ। ਬੀਬੀ ਸਾਹੂਕੇ ਫਰੀਦਕੋਟ ਤੋਂ, ਉਹ ਪਹਿਲਾਂ ਅਕਾਲੀ ਦਲ 'ਚ ਸੀ, ਉਹ ਕਾਂਗਰਸ 'ਚ ਆਏ। ਇਸ ਤਰ੍ਹਾਂ ਨਾਲ ਪ੍ਰਤਾਪ ਸਿੰਘ ਬਾਜਵਾ ਨੇ ਆਪਣੀ ਚਿੱਠੀ ਦਾ ਹਵਾਲਾ ਪੇਸ਼ ਕੀਤਾ, ਔਰ ਉਹ ਕਹਿੰਦੇ ਜਿਵੇਂ 2022 ਦੇ ਵਿੱਚ ਕੈਪਟਨ ਅਮਰਿੰਦਰ ਦੇ ਮਾਫੀਆ ਰਾਜ ਤੋਂ ਬਾਅਦ ਉਸ ਤਰ੍ਹਾਂ ਦੇ ਲੀਡਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਜਿਨ੍ਹਾਂ ਦਾ ਅਕਸ ਸਾਫ ਨਹੀਂ ਸੀ, ਹੁਣ ਵੀ ਕਾਂਗਰਸ ਪਾਰਟੀ ਨੇ ਬਾਹਰੀ ਉਮੀਦਵਾਰ ਉਤਾਰਤੇ, ਜਿਹਦੇ ਨਾਲ ਲੋਕਾਂ ਦਾ ਗੁੱਸਾ ਕਾਂਗਰਸ ਦੇ ਪ੍ਰਤੀ ਬਰਕਰਾਰ ਰਹਿ ਸਕਦਾ, ਜਿਵੇਂ 2022 ਦੇ ਵਿੱਚ ਗੁੱਸਾ ਰਿਹਾ। ਸੋ ਸ਼ਮਸ਼ੇਰ ਦੂਲੂ ਤਾਂ ਜਿਹੜੀ ਚਿੱਠੀ ਲਿਖਦੇ ਨੇ ਉਹ ਕਹਿੰਦੇ ਪੁਨਰ ਵਿਚਾਰ ਕਰੋ। ਮਲਕਿਰਜਨ ਖੜਗੇ ਨੂੰ ਉਹ ਚਿੱਠੀ ਲਿਖਦੇ ਨੇ, ਉਹ ਰਾਹੁਲ ਗਾਂਧੀ ਨੂੰ ਚਿੱਠੀ ਲਿਖਦੇ ਨੇ, ਪੰਜਾਬ ਕਾਂਗਰਸ ਦੇ ਪ੍ਰਭਾਰੀ ਨੇ ਦਵਿੰਦਰ ਯਾਦਵ, ਉਹਨਾਂ ਨੂੰ ਚਿੱਠੀ ਲਿਖਦੇ ਨੇ, ਔਰ ਉਹ ਮੰਗ ਇਹ ਕਰਦੇ ਨੇ ਕਿ ਤੁਸੀਂ ਇਹ ਸੀਟਾਂ ਦਾ ਪੁਨਰ ਵਿਚਾਰ ਕਰੋ। ਉਂਝ 7 ਤਰੀਕ ਤੋਂ, ਕੱਲ੍ਹ ਤੋਂ ਪੰਜਾਬ ਦੇ ਵਿੱਚ ਨਾਮਜ਼ਦਗੀਆਂ ਭਰਨ ਦਾ ਕੰਮ ਸ਼ੁਰੂ ਹੋ ਜਾਣਾ। ਸੋ 7 ਤਰੀਕ ਤੋਂ ਬਾਅਦ ਜਿਹੜੇ ਮੈਂਬਰ ਨੇ ਪਾਰਟੀਆਂ ਦੇ ਉਹ ਆਪਣੀਆਂ ਨਾਮਜ਼ਦਗੀਆਂ ਦਾਖਲ ਕਰ ਸਕਦੇ ਨੇ। 14 ਤਰੀਕ ਤੱਕ ਨਾਮਜ਼ਦਗੀ ਕਾਗਜ਼ ਵਾਪਸ ਲਏ ਜਾ ਸਕਦੇ ਨੇ। ਉਸ ਤੋਂ ਬਾਅਦ ਸਥਿਤੀਆਂ ਲਗਭਗ ਸਾਫ ਹੋ ਜਾਣਗੀਆਂ ਕਿ ਕਿਹਦਾ ਮੁਕਾਬਲਾ ਕਿਹਦੇ ਨਾਲ ਹੋਏਗਾ, ਕੀ ਕਿਸੇ ਦੇ ਕਾਗਜ਼ ਤਾਂ ਨਹੀਂ ਰੱਦ ਹੁੰਦੇ। ਉਂਝ ਅੱਜ ਕੱਲ੍ਹ ਕਾਗਜ਼ ਤਾਂ ਨਹੀਂ ਰੱਦ ਹੁੰਦੇ, ਪਰ ਕਾਂਗਰਸ ਦੇ ਵਿੱਚ ਇੱਕ ਬੜਾ ਦਿਲਚਸਪ ਕੇਸ ਸਾਹਮਣੇ ਆਇਆ ਕਿ ਕਾਂਗਰਸ ਦੇ ਵਿੱਚ ਇੱਕ ਉਮੀਦਵਾਰ ਨੇ ਉੜੀਸਾ ਤੋਂ, ਸੁਚਾਰਿਤਾ ਇੱਕ ਉਮੀਦਵਾਰ ਸੀ ਕਾਂਗਰਸ ਦੇ ਉੜੀਸਾ ਤੋਂ, ਇੱਕ ਐਕਸ ਐਮ ਪੀ ਹੋਏ ਨੇ ਬ੍ਰਿਜ ਮੋਹਨ ਮਹੰਤੀ।
ਉੜੀਸਾ ਦੇ ਵਿੱਚ। ਸੋ ਉਹਨਾਂ ਦੀ ਧੀ ਸੀ ਸੁਚਰਿਤਾ। ਇਹ 40 ਸਾਲ ਪੱਤਰਕਾਰ ਰਹੇ ਨੇ ਔਰ 10 ਸਾਲ ਪਹਿਲਾਂ ਹੀ ਸਿਆਸਤ ਦੇ ਵਿੱਚ ਆਏ ਸੀ। ਇਹਨਾਂ ਨੇ ਆਪਣੀ ਟਿਕਟ ਵਾਪਸ ਮੋੜ ਦਿੱਤੀ। ਉਹਨਾਂ ਨੇ ਮਲਕਰਜਨ ਖੜਗੇ ਨੂੰ ਚਿੱਠੀ ਲਿਖੀ ਕਿ ਮੇਰੇ ਕੋਲ ਇੰਨੇ ਪੈਸੇ ਨਹੀਂ ਹੈ ਕਿ ਮੈਂ ਪਾਰਟੀ ਦਾ ਪ੍ਰਚਾਰ ਕਰ ਸਕਾਂ, ਔਰ ਕਾਂਗਰਸ ਪਾਰਟੀ ਨੇ ਕੈਂਡੀਡੇਟਾਂ ਨੂੰ ਪੈਸੇ ਨਹੀਂ ਭੇਜੇ। ਇਸ ਕੈਂਡੀਡੇਟ ਨੂੰ ਵੀ ਪੈਸੇ ਨਹੀਂ ਗਏ। ਇਸ ਵਾਰ ਮੰਨਿਆ ਜਾਂਦਾ ਕਿ ਕਾਂਗਰਸ ਕੋਲ ਫੰਡ ਦੀ ਕਮੀ ਹੈ, ਇਸ ਕਰਕੇ ਕਾਂਗਰਸ ਪਾਰਟੀ ਆਪਣੇ ਉਮੀਦਵਾਰਾਂ ਨੂੰ ਜ਼ਿਆਦਾ ਪੈਸਾ ਨਹੀਂ ਭੇਜ ਰਹੀ। ਚੋਣ ਕਮਿਸ਼ਨ ਨੇ ਲਗਭਗ 90 ਲੱਖ ਰੁਪਏ ਦੇ ਕਰੀਬ ਜਿਹੜਾ ਚੋਣ ਖਰਚੇ ਦੀ ਹੱਦ ਤੈਅ ਕੀਤੀ ਹੋਈ ਹੈ। ਸੋ ਬਹੁਤ ਵੱਡੇ ਪੱਧਰ 'ਤੇ ਚੋਣਾਂ ਦੇ ਵਿੱਚ ਖਰਚੇ ਹੁੰਦੇ ਨੇ, ਇਸ ਕਰਕੇ ਕਈ ਉਮੀਦਵਾਰ ਜਿਹੜੇ ਨੇ ਉਹ ਪੈਸੇ ਦੀ ਘਾਟ ਕਰਕੇ ਚੋਣ ਵੀ ਨਹੀਂ ਲੜ ਪਾਉਂਦੇ। ਬਾਕੀ ਵੱਡੇ ਜਿਹੜੇ ਕੈਂਡੀਡੇਟ ਨੇ, ਵੱਡੇ ਚਿਹਰੇ ਨੇ, ਉਹਨਾਂ ਨੂੰ ਫੰਡ ਇਕੱਠਾ ਹੋ ਜਾਂਦਾ। ਉਂਝ ਇਹ ਵੀ ਚਰਚਾਵਾਂ ਨੇ ਕਿ ਕਈ ਲੀਡਰ ਸਿਰਫ ਫੰਡ ਇਕੱਠਾ ਕਰਨ ਲਈ ਚੋਣ ਲੜਦੇ ਨੇ ਕਿ ਜਿੱਤੀਏ ਜਾਂ ਹਾਰੀਏ ਜਿੰਨਾ ਫੰਡ ਸਾਨੂੰ ਆ ਜਾਏ ਉਹਦੇ ਨਾਲ ਸਾਡੀ ਬਾਕੀ ਦੀ ਜ਼ਿੰਦਗੀ ਵਧੀਆ ਚੱਲਦੀ ਰਹੂਗੀ। ਔਰ ਕਈ ਲੀਡਰਾਂ ਨੂੰ ਫੰਡ ਖਰਚਿਆਂ ਨਾਲੋਂ ਜ਼ਿਆਦਾ ਇਕੱਠਾ ਹੋ ਜਾਂਦਾ ਅਤੇ ਉਹ ਫੰਡ ਦਾ ਹਿਸਾਬ ਵੀ ਨਹੀਂ ਦਿੰਦੇ। ਉਂਝ ਜਿਹੜਾ ਫੰਡ ਹੈ ਆਮ ਤੌਰ ਦੇ ਉੱਤੇ ਲੁਕੇ ਛੁਪੇ ਰੂਪ ਦੇ ਵਿੱਚ, ਜਿਹਨੂੰ ਅਸੀਂ ਕਹੀਏ ਕੈਸ਼ ਦੇ ਰੂਪ 'ਚ ਦਿੱਤਾ ਜਾਂਦਾ, ਜਿਹੜਾ ਅਸਲ 'ਚ ਫੰਡ ਨਹੀਂ ਹੁੰਦਾ ਉਹ ਰਿਸ਼ਵਤੀ ਹੁੰਦੀ ਹੈ। ਕਿਉਂਕਿ ਫੰਡ ਉਹੀ ਹੈ ਜਿਹੜਾ ਕਿਸੇ ਵੀ ਕੈਂਡੀਡੇਟ ਦੇ ਖਾਤੇ ਦੇ ਵਿੱਚ ਜਾਵੇ ਔਰ ਬਕਾਇਦਾ ਉਹਦੇ ਕੋਲ ਉਹਦੀ ਰਸੀਦ ਆਵੇ। ਸੋ ਪੈਸਾ ਗੈਰ ਕਾਨੂੰਨੀ ਤੌਰ 'ਤੇ ਵੀ ਜਿਹੜੇ ਉਮੀਦਵਾਰ ਨੇ ਉਹਨਾਂ ਕੋਲ ਖੁੱਲ੍ਹ ਕੇ ਜਾਂਦਾ ਚੋਣਾਂ ਦੇ ਦਿਨਾਂ ਦੇ ਵਿੱਚ। ਸੋ ਆਉਂਦੇ ਸਮੇਂ 'ਚ ਭਾਰਤ ਦਾ ਚੋਣ ਕਮਿਸ਼ਨ ਇਸ ਪਾਸੇ ਕਿਵੇਂ ਰਿਫੋਰਮ ਕਰਦਾ, ਸੁਧਾਰ ਕਰਦਾ, ਇਹ ਵੀ ਧਿਆਨ ਦੇਣ ਵਾਲੀ ਗੱਲ ਰਹੂਗੀ। ਪਰ ਜਿਹੜਾ ਤੁਹਾਡਾ ਮੂਲ ਸਵਾਲ ਸੀ ਹਰਜੋਤ ਜੀ, ਮੈਂ ਉਹਦੇ 'ਤੇ ਵਾਪਸ ਆਉਣਾ। ਸੋ ਕਾਂਗਰਸ ਅੱਗੇ ਬਹੁਤ ਵੱਡੀਆਂ ਚੁਣੌਤੀਆਂ ਰਹਿਣਗੀਆਂ ਰਾਜਾ ਵੜਿੰਗ ਅੱਗੇ ਕਿ ਉਹ ਆਪਣੇ ਆਪ ਨੂੰ ਕਿਵੇਂ ਬਾਹਰੀ ਉਮੀਦਵਾਰ ਦੇ ਠੱਪੇ ਤੋਂ ਮੁਕਤ ਕਰਦੇ ਨੇ। ਲੁਧਿਆਣੇ 'ਚ ਮੁਕਾਬਲਾ ਬਹੁਤ ਜ਼ਿਆਦਾ ਫਸਵਾਂ। ਰਵਨੀਤ ਬਿੱਟੂ ਹਾਲਾਂਕਿ ਪਹਿਲਾਂ ਜਿੰਨੇ ਜ਼ਿਆਦਾ ਖੁਸ਼ ਸੀ ਕਿ ਕਾਂਗਰਸ ਨੂੰ ਉਮੀਦਵਾਰ ਨਹੀਂ ਮਿਲ ਰਿਹਾ ਜਦੋਂ ਕਾਂਗਰਸ ਨੇ ਆਪਣੀ ਪਾਰਟੀ ਦਾ ਪ੍ਰਧਾਨ ਹੀ ਭੇਜਤਾ, ਅਤੇ ਹੁਣ ਰਵਨੀਤ ਬਿੱਟੂ ਦੀਆਂ ਚਿੰਤਾਵਾਂ ਵੀ ਜ਼ਰੂਰ ਵਧੀਆ ਹੋਣਗੀਆਂ। ਉਹਨਾਂ ਲਈ ਬਹੁਤ ਆਸਾਨ ਇਹ ਮੁਕਾਬਲਾ ਨਹੀਂ ਹੈ। ਉਂਝ ਵੀ ਬੀਜੇਪੀ ਨੇ ਕਿਸਾਨਾਂ ਦੇ ਨਾਲ ਜਿਸ ਤਰੀਕੇ ਨਾਲ ਸਿਆਸੀ ਤੌਰ 'ਤੇ ਨਾਰਾਜ਼ਗੀ ਵਾਲਾ ਮਾਹੌਲ ਪੈਦਾ ਕੀਤਾ ਹੈ, ਉਹ ਬੀਜੇਪੀ ਦੇ ਲਈ ਕੋਈ ਰਾਹਤ ਵਾਲੀ ਗੱਲ ਨਹੀਂ ਹੈ। ਪਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਪਰਾਸ਼ਰ ਪੱਪੀ ਨੂੰ ਘੱਟ ਨਹੀਂ ਜਾਣ ਸਕਦੇ, ਔਰ ਅਕਾਲੀ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਨੂੰ ਵੀ ਤੁਸੀਂ ਮੁਕਾਬਲੇ 'ਚੋਂ ਬਾਹਰ ਨਹੀਂ ਮੰਨ ਸਕਦੇ। ਔਰ ਸਿਮਰਜੀਤ ਬੈਂਸ ਮੈਨੂੰ ਲੱਗਦਾ ਇਸ ਵਾਰ ਚੋਣ ਨਹੀਂ ਲੜਨਗੇ। ਹਜੇ ਤੱਕ ਸਿਮਰਜੀਤ ਬੈਂਸ, ਉਹਨਾਂ ਦੀ ਸਰਗਰਮੀ ਨਹੀਂ ਦੇਖੀ ਗਈ। ਅਜੇ ਹਾਲਾਤਾਂ ਦੇ ਵਿੱਚ ਪੰਜਾਬ 'ਚ ਚਾਰ ਕੋਣੀ ਮੁਕਾਬਲਾ ਹੈ, ਔਰ ਪਰੰਪਰਾਗਤ ਤੌਰ ਦੇ ਉੱਤੇ ਜਿਹੜੀ ਲੁਧਿਆਣੇ ਦੀ ਸੀਟ ਹੈ ਇਹ ਹਮੇਸ਼ਾ ਫਸਵੇਂ ਮੁਕਾਬਲੇ ਦੇ ਵਿੱਚ ਨਤੀਜੇ 'ਤੇ ਪਹੁੰਚਦੀ ਹੈ। ਸੋ ਆਉਂਦੇ ਦਿਨਾਂ 'ਚ ਜਿਵੇਂ ਜਿਵੇਂ ਚੋਣਾਂ ਨੇੜੇ ਆਉਣਗੀਆਂ ਇਹ ਮੁਕਾਬਲਾ ਹੋਰ ਫਸਵਾਂ ਹੁੰਦਾ ਜਾਣਾ ਅਤੇ ਬਹੁਤ ਦਿਲਚਸਪ ਵੀ ਹੁੰਦਾ ਜਾਣਾ। ਬਾਕੀ ਵੇਖਦੇ ਹਾਂ ਕਾਂਗਰਸ ਦੇ ਹੋਰ ਕਿਹੜੇ ਵੱਡੇ ਲੀਡਰ ਨੇ ਉਹ ਲੁਧਿਆਣੇ 'ਚ ਡੇਰਾ ਆਉਂਦੇ ਦਿਨਾਂ ਦੇ ਵਿੱਚ ਲਾਉਂਦੇ ਨੇ। ਡੱਲਾ ਜੀ, ਕੱਲ੍ਹ ਇੱਕ ਇੰਟਰਵਿਊ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਤਰ੍ਹਾਂ ਨਾਲ ਸਵੀਕਾਰ ਕਰ ਲਿਆ ਕਿ ਉਹ 27 ਦੇ ਲਈ ਮੁੱਖ ਮੰਤਰੀ ਦੀ ਦੌੜ ਵਿੱਚ ਨੇ। ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ, ਜੋ ਗੱਲਾਂ ਗੱਲਾਂ ਵਿੱਚ ਉਹਨਾਂ ਨੇ ਇਸ਼ਾਰੇ ਵੀ ਕੀਤੇ ਨੇ ਇਸ ਇੰਟਰਵਿਊ ਦੇ ਦੌਰਾਨ। ਸੋ ਰਾਜਾ ਵੜਿੰਗ ਨੇ ਵੀ ਕੁਝ ਦਿਨ ਪਹਿਲਾਂ ਤੱਕ ਕੁਝ ਇਸੇ ਤਰ੍ਹਾਂ ਦਾ ਦਾਅਵਾ ਆਪਣੇ ਆਪ ਨੂੰ ਲੈ ਕੇ ਵੀ ਕੀਤਾ ਸੀ, ਅਤੇ ਉਹਨਾਂ ਨੇ ਇਸ ਤਰੀਕੇ ਨਾਲ ਵੀ ਗੱਲ ਕਹੀ ਸੀ ਕਿ ਉਹਨਾਂ ਦੇ ਹੱਥ ਵਿੱਚ ਜੋ ਹੈ ਮੁੱਖ ਮੰਤਰੀ ਵਾਲੀ ਲਕੀਰ ਹੈ। ਸੋ ਕਿਵੇਂ ਦੇਖਿਆ ਜਾਏ ਜਿਹੜੇ ਕਾਂਗਰਸ ਪਾਰਟੀ ਦੇ ਜਿਹੜੇ ਇਹ ਲੀਡਰ ਨੇ 27 ਨੂੰ ਦੇਖ ਕੇ ਆਪਣੇ ਆਪ ਨੂੰ ਜਿਸ ਤਰੀਕੇ ਨਾਲ ਅੱਗੇ ਲਿਆਉਣਾ ਚਾਹੁੰਦੇ ਨੇ, 24 ਚੋਣਾਂ ਤੋਂ ਪਹਿਲਾਂ ਅਜਿਹੇ ਖੁਲਾਸਿਆਂ ਦੇ ਉੱਪਰ ਅਗਰ ਆਪਾਂ ਗੱਲ ਕਰਦੇ ਹਾਂ ਤਾਂ ਕਾਂਗਰਸ ਦੀ ਰਾਜਨੀਤੀ ਦੇ ਵਿੱਚ ਇਸ ਦੇ ਨਾਲ ਜਿੱਤ ਦੀਆਂ ਸੰਭਾਵਨਾਵਾਂ ਬਣਦੀਆਂ ਨੇ ਕਿ ਜਿੱਤ ਦੀਆਂ ਸੰਭਾਵਨਾਵਾਂ 'ਤੇ ਇਹਨਾਂ ਗੱਲਾਂ ਦਾ ਅਸਰ ਪੈਂਦਾ ਨਜ਼ਰ ਆਏਗਾ, ਤੁਸੀਂ ਕੀ ਕਹਿਣਾ ਚਾਹੋਗੇ?
ਦੇਖੋ ਪ੍ਰਤਾਪ ਬਾਜਵਾ ਦੀ ਵੀ ਕੱਲ ਇੱਕ ਇੰਟਰਵਿਊ ਚੱਲ ਰਹੀ ਸੀ ਇੱਕ ਟੈਲੀਵਿਜ਼ਨ ਚੈਨਲ ਤੇ, ਜਿਹਦੇ ਵਿੱਚ ਰਿਪੋਰਟਰ ਨੇ ਉਹਨਾਂ ਤੋਂ ਪੁੱਛਿਆ ਕਿ ਕੀ ਤੁਸੀਂ 27 ਦੇ ਮੁੱਖ ਮੰਤਰੀ ਦੀ ਦੌੜ ਚੋਂ, ਤੇ ਪ੍ਰਤਾਪ ਬਾਜਵਾ ਨੇ ਸਾਫ਼ ਤੌਰ ਤੇ ਇਸ਼ਾਰਿਆਂ 'ਚ ਇਹ ਗੱਲ ਸਵੀਕਾਰ ਕੀਤੀ ਕਿ ਬਿਲਕੁਲ ਕੋਈ ਵੀ ਲੀਡਰ ਹੈ ਜਿਹੜਾ ਅਗਰ ਵਿਧਾਇਕ ਹੈ ਉਹ ਐਮ ਪੀ ਬਣਨਾ ਚਾਹੁੰਦਾ ਜਾਂ ਵਿਧਾਇਕ ਹੈ ਉਹ ਮੁੱਖ ਮੰਤਰੀ ਬਣ ਸਕਦਾ ਅਤੇ ਉਹ ਮੁੱਖ ਮੰਤਰੀ ਦੀ ਦੌੜ 'ਚ ਹੋ ਸਕਦਾ, ਪਰ ਕਾਂਗਰਸ ਦੇ ਵਿੱਚ 27 ਤੋਂ ਪਹਿਲਾਂ 24 ਦੀਆਂ ਚੋਣਾਂ ਦੇ ਦੌਰਾਨ ਹੀ ਮੁੱਖ ਮੰਤਰੀ ਦੀ ਦੌੜ ਸੁਰਖੀਆਂ 'ਚ ਬਣੀ ਰਹੀ ਹੈ, ਕਿਉਂਕਿ ਇਹ ਗੱਲਾਂ ਅਕਸਰ ਮੀਡੀਆ ਦੇ ਵਿੱਚ ਸੁਰਖੀਆਂ ਬਣੀਆਂ ਨੇ ਕਿ ਕਾਂਗਰਸ ਦੇ ਕਈ ਲੀਡਰ ਨੇ ਜਿਹੜੇ ਇਸ ਕਰਕੇ ਚੋਣ ਨਹੀਂ ਲੜਨਾ ਚਾਹੁੰਦੇ ਕਿ ਕਿਤੇ ਉਹ 27 ਲਈ ਮੁੱਖ ਮੰਤਰੀ ਦੀ ਦੌੜ 'ਚੋਂ ਬਾਹਰ ਨਾ ਹੋ ਜਾਣ। ਸੁਖਜਿੰਦਰ ਰੰਧਾਵਾ ਵੀ ਖੁਦ ਚੋਣ ਨਹੀਂ ਲੜਨਾ ਚਾਹੁੰਦੇ ਸੀ, ਪਰ ਪਾਰਟੀ ਦੀ ਹਾਈ ਕਮਾਂਡ ਨੇ ਉਹਨਾਂ ਨੂੰ ਚੋਣ ਲੜਨ ਲਈ ਕਿਹਾ ਅਤੇ ਉਹਨਾਂ ਨੇ ਚੋਣ ਲੜੀ। ਉਹ ਸਾਬਕਾ ਡਿਪਟੀ ਮੁੱਖ ਮੰਤਰੀ ਨੇ, ਰਾਜਸਥਾਨ ਦੇ ਪ੍ਰਭਾਰੀ ਰਹੇ ਨੇ, ਉਹ ਵੀ ਮੁੱਖ ਮੰਤਰੀ ਦੀ ਦੌੜ 'ਚ ਮੰਨੇ ਜਾਂਦੇ ਨੇ। ਪ੍ਰਤਾਪ ਬਾਜਵਾ ਕਈ ਵਾਰ ਦੇ ਵਿਧਾਇਕ ਨੇ, ਮੰਤਰੀ ਨੇ, ਰਾਜ ਸਭਾ ਮੈਂਬਰ ਰਹੇ ਨੇ, ਐਮ ਪੀ ਰਹੇ ਨੇ, ਹੁਣ ਉਹਨਾਂ ਨੇ ਵੀ ਸਵੀਕਾਰ ਕੀਤਾ ਕਿ ਉਹ ਵੀ ਮੁੱਖ ਮੰਤਰੀ ਦੀ ਦੌੜ ਦੇ ਵਿੱਚ ਮੰਨੇ ਜਾ ਸਕਦੇ ਨੇ ਮੀਡੀਆ ਵੱਲੋਂ। ਉਹ ਕਹਿੰਦੇ ਮੈਂ ਆਪਣੇ ਮੂੰਹ ਤਾਂ ਨਹੀਂ ਕਹਿੰਦਾ, ਪਰ ਕੋਈ ਵੀ MLA ਮੁੱਖ ਮੰਤਰੀ ਦੀ ਦੌੜ 'ਚ ਹੁੰਦਾ, ਉਹਨਾਂ ਨੇ ਸੰਕੇਤਕ ਜਿਹੜੀ ਗੱਲ ਕੀਤੀ। ਔਰ ਰਾਜਾ ਵੜਿੰਗ ਵੀ ਕੁਝ ਦਿਨ ਪਹਿਲਾਂ ਇੱਕ ਟੈਲੀਵਿਜ਼ਨ ਇੰਟਰਵਿਊ ਦੌਰਾਨ ਕਹਿ ਚੁੱਕੇ ਨੇ ਕਿ ਮੇਰੇ ਹੱਥ 'ਚ ਮੁੱਖ ਮੰਤਰੀ ਵਾਲੀ ਲਕੀਰ ਹੈ, ਮੈਂ ਕਦੋਂ ਬਣੂੰਗਾ ਇਹ ਤਾਂ ਨਹੀਂ ਕਹਿ ਸਕਦਾ, ਪਰ ਮੇਰੇ ਹੱਥ 'ਚ ਮੁੱਖ ਮੰਤਰੀ ਵਾਲੀ ਲਕੀਰ ਹੈ। ਇਹਦਾ ਮਤਲਬ ਹੈ ਕਿ ਕਾਂਗਰਸ ਦੇ ਵਿੱਚ ਕਈ ਲੀਡਰ ਨੇ ਜਿਹੜੇ ਉਹ ਮੁੱਖ ਮੰਤਰੀ ਦੀ ਦੌੜ ਦੇ ਵਿੱਚ ਬਰਕਰਾਰ ਨੇ। ਸਿਰਫ ਇਹੀ ਨਹੀਂ, ਇਸ ਤੋਂ ਇਲਾਵਾ ਵੀ ਕਈ ਲੀਡਰ ਨੇ ਜਿਹੜੇ 27 ਦੇ ਲਈ ਮੁੱਖ ਮੰਤਰੀ ਦੀ ਦੌੜ ਦੇ ਵਿੱਚ ਹੋ ਸਕਦੇ ਨੇ। ਸੋ ਆਉਂਦੇ ਸਮੇਂ ਦੇ ਵਿੱਚ ਕਾਂਗਰਸ 'ਚ ਇਹ ਮੁਕਾਬਲਾ ਵੀ ਬੜਾ ਦਿਲਚਸਪ ਰਹੂਗਾ ਕਿ ਮੁੱਖ ਮੰਤਰੀ ਦੀ ਦੌੜ ਕਿਹਦੇ ਕਿਹਦੇ ਵਿਚਾਲੇ ਲੱਗਣੀ ਹੈ। ਹਾਲਾਂਕਿ ਚਰਨਜੀਤ ਚੰਨੀ ਸਾਬਕਾ ਮੁੱਖ ਮੰਤਰੀ ਨੇ, ਔਰ ਨਿਸ਼ਚਿਤ ਤੌਰ 'ਤੇ ਚਰਨਜੀਤ ਚੰਨੀ ਵੀ ਕਾਂਗਰਸ ਪਾਰਟੀ ਦੇ ਵਿੱਚ 27 ਦੇ ਲਈ ਮੁੱਖ ਮੰਤਰੀ ਦੇ ਚਿਹਰੇ ਦੀ ਦੌੜ ਦੇ ਵਿੱਚ ਬਰਕਰਾਰ ਨੇ, ਕਿਉਂਕਿ ਉਹ ਪਹਿਲਾਂ ਹੀ ਮੁੱਖ ਮੰਤਰੀ ਰਹਿ ਚੁੱਕੇ ਨੇ। ਜਿੱਥੋਂ ਤੱਕ ਗੱਲ ਰਹੀ ਨਵਜੋਤ ਸਿੰਘ ਸਿੱਧੂ ਦੀ, ਇਹ ਵੀ ਗੱਲ ਜਗ ਜ਼ਾਹਰ ਹੈ ਕਿ ਨਵਜੋਤ ਸਿੰਘ ਸਿੱਧੂ ਵੀ ਮੁੱਖ ਮੰਤਰੀ ਦੀ ਦੌੜ ਦੇ ਵਿੱਚ ਨੇ। ਭਾਵੇਂ ਕਾਂਗਰਸ ਨੇ ਪਿਛਲੀ ਵਾਰੀ ਉਹਨਾਂ ਨੂੰ ਚਿਹਰਾ ਨਹੀਂ ਬਣਾਇਆ, ਪਰ ਨਵਜੋਤ ਸਿੰਘ ਸਿੱਧੂ ਦੇ ਸਾਥੀ ਔਰ ਪੰਜਾਬ 'ਚ ਬਹੁਤ ਸਾਰੇ ਅਜਿਹੇ ਲੋਕ ਨੇ ਜਿਹੜੇ ਇਹ ਸਵੀਕਾਰ ਕਰਦੇ ਨੇ ਕਿ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਦੇ ਤੌਰ 'ਤੇ ਮੁਕਾਬਲੇ ਦੇ ਵਿੱਚ ਦੇਖਿਆ ਜਾ ਸਕਦਾ ਹੈ। ਕਾਂਗਰਸ ਪਾਰਟੀ ਦੇ ਵਿੱਚ ਵੀ ਮੁੱਖ ਮੰਤਰੀ ਦੀ ਦੌੜ ਦੇ ਵਿੱਚ ਉਹਨਾਂ ਦਾ ਵੱਡਾ ਬਣਦਾ ਅਗਰ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ, 24 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਪ੍ਰਤਾਪ ਬਾਜਵਾ, ਰਾਜਾ ਵੜਿੰਗ ਔਰ ਚਰਨਜੀਤ ਚੰਨੀ ਅਗਰ ਇਹ ਕਾਂਗਰਸ ਨੂੰ ਵੱਡੀ ਜਿੱਤ ਦਵਾ ਗਏ, ਅਗਰ ਕਾਂਗਰਸ 5 ਜਾਂ 6 ਸੀਟਾਂ ਵੀ ਲੋਕ ਸਭਾ ਦੀਆਂ ਪੰਜਾਬ 'ਚ ਜਿੱਤਦੀ ਹੈ ਤਾਂ ਇਹ ਸਾਰੇ ਲੋਕਾਂ ਦਾ ਮੁੱਖ ਮੰਤਰੀ ਦਾ ਦਾਅਵਾ ਬਰਕਰਾਰ ਰਹੇਗਾ। ਅਗਰ ਕਾਂਗਰਸ ਮਾੜਾ ਪ੍ਰਦਰਸ਼ਨ ਕਰਦੀ ਹੈ ਤਾਂ ਭਗਵੰਤ ਮਾਨ 13-0 ਬਣਾ ਜਾਂਦਾ ਹੈ, ਜਾਂ ਭਗਵੰਤ ਮਾਨ ਕਾਂਗਰਸ ਪਾਰਟੀ ਨਾਲੋਂ ਵੱਧ ਸੀਟਾਂ ਜਿੱਤ ਜਾਂਦਾ ਹੈ। ਅਗਰ ਕਾਂਗਰਸ ਪਾਰਟੀ 1-2-3 ਸੀਟਾਂ 'ਤੇ ਸਿਮਟ ਜਾਂਦੀ ਹੈ ਤਾਂ ਫਿਰ ਮੈਨੂੰ ਲੱਗਦਾ ਹੈ ਇਹ ਸਾਰੇ ਚਿਹਰੇ ਮੁੱਖ ਮੰਤਰੀ ਦੀ ਦੌੜ 'ਚੋਂ ਪਛੜ ਜਾਣਗੇ। ਅਗਰ 8 ਸੀਟਾਂ ਕਾਂਗਰਸ ਜਾਂ 6 ਸੀਟਾਂ ਵੀ ਕਾਂਗਰਸ ਲੈ ਗਈ, ਫਿਰ ਇਹ ਲੀਡਰ ਵੀ ਮੁੱਖ ਮੰਤਰੀ ਦੀ ਦੌੜ 'ਚ ਬਣੇ ਰਹਿਣਗੇ। ਸੋ ਇਸ ਤਰ੍ਹਾਂ ਨਾਲ ਮੈਂ ਕਾਂਗਰਸ ਪਾਰਟੀ 'ਚ ਮੁੱਖ ਮੰਤਰੀ ਦੇ ਚਿਹਰੇ ਦੀ ਦੌੜ ਦਾ ਅਨੁਮਾਨ ਲਗਾਉਣਾ। ਔਰ ਅਗਰ ਕਾਂਗਰਸ ਬੁਰੇ ਪ੍ਰਦਰਸ਼ਨ 'ਚ ਰਹੀ ਤਾਂ ਫਿਰ ਨਵਜੋਤ ਸਿੰਘ ਸਿੱਧੂ ਤੋਂ ਬਿਨਾਂ ਕਾਂਗਰਸ ਕੋਲ ਮੈਨੂੰ ਲੱਗਦਾ ਕੋਈ ਬਿਹਤਰ ਵਿਕਲਪ ਮੁੱਖ ਮੰਤਰੀ ਦੇ ਚਿਹਰੇ ਦਾ ਨਹੀਂ ਬਚਣਾ। ਬਾਕੀ ਕਾਂਗਰਸ ਪਾਰਟੀ ਹੈ, ਸਿਆਸਤ ਹੈ, ਸਿਆਸਤ 'ਚ ਕਦੋਂ ਕੀ ਹੋ ਜੇ ਕੁਝ ਨਹੀਂ ਕਿਹਾ ਜਾ ਸਕਦਾ। ਇਹ ਅਸੀਂ ਪਿਛਲੇ ਸਮਿਆਂ ਦੇ ਵਿੱਚ ਵੀ ਵੇਖਿਆ, ਜਦੋਂ ਨਵਜੋਤ ਸਿੰਘ ਸਿੱਧੂ ਨੇ ਵੱਡੀ ਲੜਾਈ ਲੜੀ ਅਤੇ ਮੁੱਖ ਮੰਤਰੀ ਦੀ ਕੁਰਸੀ ਦੇ ਨੇੜੇ ਪਹੁੰਚ ਕੇ ਵੀ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਮੁੱਖ ਮੰਤਰੀ ਨਹੀਂ ਬਣਾਇਆ। ਖੈਰ ਕਾਂਗਰਸ ਦੀ ਸਰਕਾਰ ਵੀ ਨਹੀਂ ਆਈ, ਪਰ
ਸਿਆਸਤ ਹੈ, ਸਿਆਸਤ ਦੇ ਵਿੱਚ ਕਈ ਤਰ੍ਹਾਂ ਦੇ ਜੋੜ ਤੋੜ ਸਮੇਂ ਸਮੇਂ 'ਤੇ ਸਾਨੂੰ ਲੱਗਦੇ ਨਜ਼ਰ ਆਉਂਦੇ ਨੇ। ਹੁਣ ਕਿਹੜੇ ਜੋੜ ਤੋੜ ਲੱਗਣਗੇ ਇਹਨਾਂ ਬਾਰੇ ਇਸ਼ਾਰਾ 24 ਤੋਂ ਬਾਅਦ ਹੀ ਸਾਨੂੰ ਮਿਲੇਗਾ। ਡੱਲਾ ਜੀ, ਮੌਜੂਦਾ ਪੰਜਾਬ ਦੀ ਸਥਿਤੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਅਗਰ ਆਪਾਂ ਸਿਆਸਤ ਨੂੰ ਜੋੜੀਏ ਨਾਲ ਦੀ ਨਾਲ ਕਿਸਾਨੀ ਮੁੱਦਿਆਂ ਨੂੰ ਦੇਖਦੇ ਹਾਂ ਤਾਂ ਕਿਸਾਨਾਂ ਅਤੇ ਭਾਜਪਾ ਦੇ ਵਿੱਚ ਮਤਭੇਦ ਜੋ ਹੈ ਲਗਾਤਾਰ ਬਰਕਰਾਰ ਨਜ਼ਰ ਆ ਰਿਹਾ, ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ, ਅੱਗੋਂ ਵੱਧਦਾ ਹੀ ਜਾ ਰਿਹਾ। ਸੋ ਕਿਸਾਨ ਲਗਾਤਾਰ ਹੀ ਜਿਹੜੇ ਭਾਜਪਾ ਦੇ ਆਗੂ ਨੇ ਉਹਨਾਂ ਦਾ ਆਗੂਆਂ ਦਾ ਵਿਰੋਧ ਕਰਦੇ ਨਜ਼ਰ ਆ ਰਹੇ ਨੇ। ਅਸੀਂ ਨਿੱਤ ਦਿਨ ਜੋ ਹੈ ਇਸ ਤਰ੍ਹਾਂ ਦੀਆਂ ਖਬਰਾਂ ਵੇਖ ਸੁਣ ਰਹੇ ਹਾਂ। ਅਜਿਹੇ ਹਾਲਾਤਾਂ ਵਿੱਚ ਆਪਾਂ ਭਾਜਪਾ ਦੇ ਚੋਣ ਪ੍ਰਚਾਰ ਦੀ ਸਥਿਤੀ ਨੂੰ ਅਗਰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਤੁਸੀਂ ਕੀ ਕਹਿਣਾ ਚਾਹੋਗੇ? ਚੋਣ ਪ੍ਰਚਾਰ ਦੇ ਉੱਪਰ ਕਿਸਾਨੀ ਮੁੱਦਿਆਂ ਦਾ ਕਿੰਨਾ ਅਸਰ ਹੈ, ਜਿਹੜਾ ਵਿਰੋਧ ਹੈ ਇਸ ਦਾ ਕੀ ਪ੍ਰਭਾਵ ਪੈਂਦਾ ਨਜ਼ਰ ਆ ਰਿਹਾ? ਔਰ ਤੁਹਾਡੀ ਨਜ਼ਰ ਦੇ ਵਿੱਚ ਅਗਰ ਆਪਾਂ ਪੰਜਾਬ ਦੀਆਂ 13 ਸੀਟਾਂ ਦੀ ਗੱਲ ਕਰ ਰਹੇ ਹਾਂ ਤਾਂ 13 ਦੀਆਂ 13 ਸੀਟਾਂ 'ਤੇ ਮੁੱਖ ਮੁਕਾਬਲਾ ਜਿਹੜਾ ਕਿਹੜੀਆਂ ਧਿਰਾਂ ਦੇ ਵਿੱਚ ਬਣਦਾ ਨਜ਼ਰ ਆ ਰਿਹਾ, ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਜਿੱਥੋਂ ਤੱਕ ਗੱਲ ਪੰਜਾਬ 'ਚ ਮੁਕਾਬਲਾ, ਪੰਜਾਬ ਦੇ ਵਿੱਚ ਹਰ ਸੀਟ 'ਤੇ ਕਈ ਧਿਰਾਂ ਨੇ। ਜੇ ਮੈਂ ਜਲੰਧਰ 'ਚ ਗੱਲ ਕਰਾਂ ਤਾਂ ਜਲੰਧਰ ਦੇ ਵਿੱਚ 5-6 ਧਿਰਾਂ ਨੇ। ਜਲੰਧਰ ਦੇ ਵਿੱਚ ਮੁੱਖ ਪਾਰਟੀਆਂ ਤਾਂ ਹੈਗੀਆਂ ਨੇ, ਇਸ ਤੋਂ ਇਲਾਵਾ ਇੱਕ ਸਮਾਜਿਕ ਅਲਾਇੰਸ ਹੈ, ਪੰਜਾਬ ਸੋਸ਼ਲਿਸਟ ਅਲਾਇੰਸ, ਉਹਨਾਂ ਦੇ ਉਮੀਦਵਾਰ ਨੇ ਹਰਚੰਦ ਸਿੰਘ ਖਾਲਸਾ, ਬਸਪਾ ਦੇ ਬਲਵਿੰਦਰ ਕੁਮਾਰ। ਸੋ ਉੱਥੇ 6 ਪਾਰਟੀਆਂ ਤਾਂ ਘੱਟੋ ਘੱਟ ਮੁਕਾਬਲੇ ਦੇ ਵਿੱਚ ਨੇ, 6 ਧਿਰਾਂ। ਔਰ ਬਾਕੀ ਬਹੁਤ ਸਾਰੀਆਂ ਸੀਟਾਂ ਨੇ ਜਿੱਥੇ 4-5 ਮੁਕਾਬਲੇ ਵੀ ਨੇ। ਲੁਧਿਆਣਾ ਦੇ ਵਿੱਚ ਅਗਰ ਸਿਮਰਜੀਤ ਬੈਂਸ ਚੋਣਾਂ ਦੇ ਵਿੱਚ ਹੁੰਦੇ ਤਾਂ ਲੁਧਿਆਣਾ ਦੇ ਵਿੱਚ ਵੀ 5-6 ਮੁਕਾਬਲਾ ਬਣ ਸਕਦਾ ਸੀ, ਪਰ ਇਸ ਵਾਰ ਸਿਮਰਜੀਤ ਬੈਂਸ ਦੀ ਸੰਭਾਵਨਾ ਚੋਣ ਲੜਨ ਦੀ ਘੱਟ ਹੈ। ਜਿੱਥੋਂ ਤੱਕ ਭਾਰਤੀ ਜਨਤਾ ਪਾਰਟੀ ਦਾ ਤੁਸੀਂ ਸਵਾਲ ਕੀਤਾ, ਦੇਖੋ ਸਾਫ਼ ਤੌਰ 'ਤੇ ਭਾਰਤੀ ਜਨਤਾ ਪਾਰਟੀ ਨੇ ਜਿਸ ਤਰ੍ਹਾਂ ਨਾਲ ਕਿਸਾਨਾਂ ਦੇ ਰਾਹ ਰੋਕੇ, ਪਹਿਲੀ ਵਾਰੀ ਜਦੋਂ ਮਨੋਹਰ ਲਾਲ ਖੱਟੜ ਮੁੱਖ ਮੰਤਰੀ ਸੀ, ਪੱਥਰ ਸੜਕਾਂ 'ਤੇ ਲਾਏ ਗਏ ਔਰ ਬਹੁਤ ਕੁਝ ਅਸੀਂ ਵਾਪਰਦਾ ਵੇਖਿਆ ਸੜਕਾਂ 'ਤੇ, ਇਸ ਵਾਰ ਤੱਕ ਕਿਸਾਨਾਂ ਨੂੰ ਸ਼ੰਭੂ ਬੈਰੀਅਰ, ਸ਼ੰਭੂ ਬਾਰਡਰ ਪਾਰ ਨਹੀਂ ਕਰਨ ਦਿੱਤਾ ਗਿਆ ਅਤੇ ਅੰਬਾਲੇ ਵਾਲੇ ਪਾਸੇ ਰੋਕਾਂ ਲੱਗੀਆਂ। ਉਸ ਤੋਂ ਬਾਅਦ ਤਾਂ ਭਾਜਪਾ ਅਤੇ ਪੰਜਾਬ ਦੇ ਕਿਸਾਨਾਂ 'ਚ ਮਤਭੇਦ ਬਹੁਤ ਜ਼ਿਆਦਾ ਨੇ, ਔਰ ਪੰਜਾਬ ਉਹ ਸੂਬਾ ਜਿਹਦੀ ਆਰਥਿਕਤਾ ਖੇਤੀ ਦੇ ਆਧਾਰ 'ਤੇ ਹੈ। ਪੰਜਾਬ ਦੀ ਜਿਹੜੀ ਇਕੋਨਮੀ ਹੈ ਉਹ ਐਗਰੀਕਲਚਰਲ ਇਕੋਨਮੀ ਹੈ, ਐਗਰੀਕਲਚਰ ਬੇਸਡ ਇਕੋਨਮੀ ਹੈ। ਇਸ ਕਰਕੇ ਪੰਜਾਬ 'ਚ ਕਿਸਾਨੀ ਧਿਰਾਂ ਦੇ ਨਾਲ ਨਾਰਾਜ਼ਗੀ ਮੁੱਲ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਲਈ ਬਹੁਤ ਵੱਡੀਆਂ ਚੁਣੌਤੀਆਂ ਬਰਕਰਾਰ ਰਹਿਣਗੀਆਂ। ਔਰ ਪੰਜਾਬ ਉਹ ਸੂਬਾ ਜਿੱਥੇ ਭਾਈਚਾਰਕ ਸਾਂਝ ਬਹੁਤ ਜ਼ਿਆਦਾ ਮਜ਼ਬੂਤ ਹੈ, ਪੰਜਾਬ ਉਹ ਸੂਬਾ ਜਿੱਥੇ ਮੈਂ ਕਹਿੰਦਾ ਕਿ ਸਭ ਤੋਂ ਵੱਧ ਨੈਸ਼ਨਲਿਸਟ ਨੇ, ਸਭ ਤੋਂ ਵੱਧ ਜਿਹੜੇ ਲੋਕ ਨੇ ਉਹ ਦੇਸ਼ ਭਗਤ ਨੇ, ਔਰ ਸਭ ਤੋਂ ਵੱਧ ਸ਼ਹੀਦ ਨੇ ਭਾਵੇਂ ਫੌਜ ਦੇ ਭਾਵੇਂ ਆਜ਼ਾਦੀ ਦੀ ਸੰਘਰਸ਼ ਦੇ। ਸੋ ਉਹ ਸੂਬਾ ਜਿੱਥੇ ਆਪਸੀ ਭਾਈਚਾਰਾ, ਆਪਸੀ ਮਿਲਵਰਤਨ, ਦੇਸ਼ ਦੇ ਪ੍ਰਤੀ ਮੁਹੱਬਤ, ਉਸ ਸੂਬੇ 'ਚ ਅਗਰ BJP ਕਿਸਾਨਾਂ ਦੇ ਨਾਲ ਨੇੜਤਾ ਨਹੀਂ ਬਣਾਊਗੀ, ਕਿਉਂਕਿ ਪੰਜਾਬ ਦਾ ਮਤਲਬ ਹੀ ਕਿਸਾਨੀ ਮੰਨਿਆ ਜਾਂਦਾ, ਵੱਡਾ ਹਿੱਸਾ ਪੰਜਾਬ ਦਾ ਕਿਸਾਨੀ ਨਾਲ ਸੰਬੰਧਿਤ ਹੈ, ਔਰ ਵੱਡੀ ਜਿਹੜੀ ਵੋਟ ਬੈਂਕ ਹੈ ਪੰਜਾਬ ਦਾ ਉਹ ਦਿਹਾਤੀ ਵੋਟ ਬੈਂਕ ਹੈ। ਵੱਡਾ ਪੰਜਾਬ 'ਚ ਜ਼ਿਆਦਾਤਰ ਸੀਟਾਂ 'ਤੇ ਰੂਰਲ ਵੋਟ ਬੈਂਕ ਹੈ ਜਿਹੜਾ, ਉਹ ਫੈਸਲਾ ਕੁੰਨ ਹੁੰਦਾ। ਇਸ ਕਰਕੇ BJP ਦੀਆਂ ਰਾਹਾਂ ਬਹੁਤ ਔਖੀਆਂ ਅਤੇ ਬਹੁਤ ਚੁਣੌਤੀ ਵਾਲੀਆਂ ਨੇ। ਉਂਝ ਕਾਂਗਰਸ ਦੀਆਂ ਰਾਹਾਂ ਆਸਾਨ ਨਹੀਂ, ਆਪ ਦੀਆਂ ਵੀ ਰਾਹਾਂ ਆਸਾਨ ਨਹੀਂ, ਰਾਹਾਂ ਕਿਸੇ ਪਾਰਟੀ ਦੀਆਂ ਆਸਾਨ ਨਹੀਂ। ਪਰ ਕਿਉਂਕਿ ਤੁਸੀਂ ਸਵਾਲ BJP ਦਾ ਕੀਤਾ, BJP ਲਈ ਸਭ ਤੋਂ ਵੱਡੀ ਚੁਣੌਤੀ ਹੈ ਕਿਸਾਨ, ਕਿਉਂਕਿ ਕਿਸਾਨ ਇਹ ਗੱਲ ਬਣਾ ਕੇ ਬੈਠੇ ਨੇ, ਔਰ ਇਸ ਗੱਲ ਨੂੰ ਬਹੁਤ ਸਾਰੇ ਆਮ ਲੋਕ ਵੀ ਇਸ ਗੱਲ ਨਾਲ ਸਹਿਮਤ ਨੇ। ਮੈਂ ਵੀ ਇਸ ਗੱਲ ਨਾਲ ਸਹਿਮਤ ਹਾਂ ਕਿ ਅੰਬਾਲੇ ਦਾ ਰਾਹ ਨਹੀਂ ਰੋਕਿਆ ਜਾਣਾ ਚਾਹੀਦਾ ਸੀ, ਕਿਸਾਨ ਇਸੇ ਮੁਲਕ ਦੇ ਬਸ਼ਿੰਦੇ ਨੇ, ਗੱਲਬਾਤ ਦੇ ਜ਼ਰੀਏ ਸਰਕਾਰਾਂ ਮਸਲੇ ਨਿਬੇੜਨ, ਰਾਹ ਰੋਕਣਾ ਕਿਸੇ ਵੀ ਕੀਮਤ 'ਤੇ
ਵਾਜਬ ਨਹੀਂ ਹੈ। ਔਰ ਕਿਸਾਨੀ ਧਿਰਾਂ ਵੀ ਇਸੇ ਗੱਲ ਦੀ ਨਾਰਾਜ਼ਗੀ ਬੀਜੇਪੀ ਨਾਲ ਪ੍ਰਗਟ ਕਰਦੀਆਂ ਨੇ। ਸੋ ਬੀਜੇਪੀ ਦੇ ਲਈ ਕਿਸਾਨੀ ਬਹੁਤ ਵੱਡੀ ਚੁਣੌਤੀ ਹੈ। ਔਰ ਜਿਸ ਵੱਡੇ ਪੱਧਰ 'ਤੇ ਕਿਸਾਨ ਅੰਦੋਲਨ ਵਨ ਦੇ ਵਿੱਚ ਸ਼ਹੀਦ ਹੋਏ, ਦੁਨੀਆ ਤੋਂ ਚਲੇ ਗਏ, ਉਹ ਵੀ ਗਿਲਾ ਜਿਹੜਾ ਕਿਸਾਨਾਂ ਦੇ ਮਨ 'ਚ ਹੈ। ਸੋ ਇਸ ਕਰਕੇ ਬੀਜੇਪੀ ਦੀ ਰਾਹ ਦੀ ਸਭ ਤੋਂ ਵੱਡੀ ਰੁਕਾਵਟ ਕਿਸਾਨੀ ਹੈ। ਔਰ ਜਦ ਤੱਕ ਭਾਰਤੀ ਜਨਤਾ ਪਾਰਟੀ ਪੰਜਾਬ 'ਚ ਕਿਸਾਨਾਂ ਦੇ ਮਸਲੇ ਹੱਲ ਨਹੀਂ ਕਰਦੀ, ਕਿਸਾਨਾਂ ਨਾਲ ਉਹਨਾਂ ਦੇ ਸੰਬੰਧ ਮਿੱਠੇ ਨਹੀਂ ਬਣਦੇ, ਪੰਜਾਬ 'ਚ ਮੇਰਾ ਇਹ ਮੰਨਣਾ ਕਿ ਭਾਰਤੀ ਜਨਤਾ ਪਾਰਟੀ ਦੇ ਲਈ ਚੁਣੌਤੀਆਂ ਬਰਕਰਾਰ ਰਹਿਣਗੀਆਂ। ਔਰ ਪੰਜਾਬ ਉਹ ਸੂਬਾ ਹੈ ਜਿੱਥੇ ਸਭ ਤੋਂ ਵੱਧ ਸੈਕੂਲਰ ਵੋਟਰ ਨੇ। ਇੱਥੇ ਜਿਹੜਾ ਜਿਹਨੂੰ ਪੋਲਰਾਈਜੇਸ਼ਨ ਕਹਿੰਦੇ ਨੇ, ਜਿਹਨੂੰ ਕਹਿੰਦੇ ਨੇ ਧਰੁਵੀਕਰਨ, ਪੰਜਾਬ 'ਚ ਧਰੁਵੀਕਰਨ ਬਹੁਤ ਔਖਾ ਹੈ। ਸਲਾਈਟਲੀ ਪੋਲਰਾਈਜੇਸ਼ਨ ਹੋ ਸਕਦੀ ਹੈ, ਬਹੁਤ ਥੋੜ੍ਹਾ ਜਿਹਾ ਧਰੁਵੀਕਰਨ ਇੱਥੇ ਹੋ ਸਕਦਾ ਹੈ। ਸੋ ਇਹਨਾਂ ਚੋਣਾਂ ਦੇ ਵਿੱਚ ਵੀ ਮੈਨੂੰ ਲੱਗਦਾ ਜਦੋਂ ਰਿਜ਼ਲਟ ਆਉਣਗੇ ਇਹ ਗੱਲ ਸਾਬਤ ਹੋਊਗੀ ਕਿ ਪੰਜਾਬ 'ਚ ਬਹੁਤ ਥੋੜ੍ਹਾ ਧਰੁਵੀਕਰਨ ਹੋਇਆ, ਕਿਉਂਕਿ ਪੰਜਾਬ 'ਚ ਧਰੁਵੀਕਰਨ ਅਸੰਭਵ ਸ਼ਬਦ ਹੈ ਕਿ ਪੂਰੇ ਪੰਜਾਬ 'ਚ ਧਰੁਵੀਕਰਨ ਕੀਤਾ ਜਾ ਸਕੇ। ਬਾਕੀ ਵੇਖਦੇ ਹਾਂ ਰਿਜ਼ਲਟ ਕਿਸ ਪਾਸੇ ਨੂੰ ਆਉਂਦੇ ਨੇ। ਬੀਜੇਪੀ ਆਸਵੰਦ ਹੈ, ਸ਼ਹਿਰਾਂ 'ਚ ਬੀਜੇਪੀ ਨੂੰ ਜ਼ਿਆਦਾ ਉਮੀਦ ਹੈ। ਬਾਕੀ ਸਾਰੀਆਂ ਪਾਰਟੀਆਂ ਨੂੰ ਸ਼ੁਭਕਾਮਨਾਵਾਂ, ਲੇਕਿਨ ਕਿਸਾਨੀ ਪੰਜਾਬ ਦੀ ਜਿੰਦ ਜਾਨ ਹੈ। ਕੋਈ ਵੀ ਪਾਰਟੀ ਅਗਰ ਪੰਜਾਬ 'ਚ ਸੱਤਾ 'ਚ ਆਉਣਾ ਚਾਹੁੰਦੀ ਹੈ ਤਾਂ ਕਿਸਾਨੀ ਦੀਆਂ ਮੰਗਾਂ ਜ਼ਰੂਰ ਪੂਰੀਆਂ ਕਰਨੀਆਂ ਬਣਦੀਆਂ ਨੇ ਔਰ ਕਿਸਾਨਾਂ ਦੀ ਮਦਦ ਵੀ ਕਰਨੀ ਪੈਂਦੀ ਹੈ। ਬਹੁਤ ਬਹੁਤ ਧੰਨਵਾਦ ਡੱਲਾ ਜੀ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਅਤੇ ਤੁਹਾਡਾ ਸਿਆਸੀ ਅਨਾਲਿਸਿਸ ਦਰਸ਼ਕਾਂ ਦੇ ਨਾਲ ਸਾਂਝਾ ਕਰਨ ਦੇ ਲਈ। ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ। ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ। ਧੰਨਵਾਦ, ਬਹੁਤ ਬਹੁਤ ਧੰਨਵਾਦ।